ತಮಿಳೆ ಹಿರಿಯರತನಲ್ಲಪ್ಪನ ನಾನಕ ಲಾಲೆಯ ಮೂಲಕ ಗುರುಮುಖ ಖೋಜಲ ಹನ್ ಮನ್ಮುಖ ನಾಮ ನಾ ಚೇತೋ ਤੇਗ ਜੀਵਨ ਤੇਗ ਵਾਸ ਜਿਸ ਦਾ ਦਿੱਤਾ ਖਾਣਾ ਪਹਿਨਾ ਸੋ ਮਨਾ ਵਸਿਓ ਗੁਣਤਾ ਇਹ ਮਨ ਸ਼ਬਦ ਨਾ ਭੇਦਿਓ ਕਿਉਂ ਹੋਵੇ ਕਰਵਾਸ ਮਨ ਮੁਖੀਆਂ ਦੋਹਾ ਗਿਣ ਆਵਣ ਜਾਣ ਮੋਯਾਸ ਗੁਰਮੁਖ ਨਾਮ ਸੁਹਾਗ ਹੈ ਮਸਤਕ ਮਣੀ ਲਿਖਿਆ ਹਰ ਹਰ ਨਾਮ ਉਤਾਰਿਆ ਹਰ ਹਿਰਦੇ ਕਮਲ ਪ੍ਰਗਾਸ ਸਤਿਗੁਰ ਸੇਵਨ ਆਪਣਾ ਹਉ ਸਤ ਬਲਹਾਰੀ ਤਾਸ ਨਾਨਕ ਤਿਨ ਮੁਖ ਉਜਲੈ ਜਨ ਅੰਦਰ ਨਾਮ ਪ੍ਰਗਾਸ ਸ਼ਬਦ ਮਰੇ ਸੋਈ ਜਨ ਸਜੈ ਬਿਨ ਸ਼ਬਦ ਮੁਕਤ ਨਾ ਹੋਈ ਕਾ ਨਾਮ ਅਤਵਰ ਉੱਚਾ ਉੱਚੀ ਹੋ ਉੱਚਾ ਹੋਈ ਅਪੜ ਕੋਈ ਨਾ ਸਕਈ ਜੇ ਸੌ ਲੋਚੀ ਕੋਈ ਮੁਖ ਸੰਜਮ ਹੱਛਾ ਨਾ ਹੋਵੇ ਕਰ ਭੇਦ ਭਵੇ ਸਭ ਲਾਏ ਬਿਨ ਸਤਿਗੁਰ ਦਾਤਾ ਕੋ ਨਹੀਂ ਗੁਹਰ ਨਾਮ ਦੇ ਅਧਾਰ ਗੁਰ ਕਿਰਪਾ ਤੇ ਨਾ ਮਨ ਵਸੇ ਸਦਾ ਰਹੇ ਉਤਾਰ ਜਿਨਾ ਪੂਜੇ ਤ੍ਰਿਪਤ ਹੋਏ ਹਰ ਕੇ ਨਾਏ ਪਿਆਰ ਨਾਨਕ ਗੁਰਮੁਖ ਪਾਈਐ ਹਰ ਆਪਣੀ ਕਿਰਪਾ ਧਾਰ ਬਿਨ ਸ਼ਬਦ ਜਗਤ ਬਣਿਆ ਕਹਿਣਾ ਕਛੂ ਨਾ ਜਾਏ ਸਭ ਨਾਨਕ ਬ੍ਰਹਮ ਪਸਾਰੋ ਲੋਕ ਮਹੱਲਾ ਪੰਜਵਾਂ ਪਿਓਈ ਰਾਮਤ ਹੋਈ ਸਤਿਗੁਰ ਸਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਨ ਤਨ ਮਨ ਜੀਵੈ ਤਰਸ ਪਿਆ ਰਾਮਤ ਹੋਈ ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੇ ਤਾ ਜੀਵਾ ਤਨ ਮਨ ਜੀਵੈ ਹਰਿਆ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੜ ਪ੍ਰਗਟ ਸੰਪੰਤ ਬ੍ਰੰਗਨ ਸੰਤ ਅਲਾਪੀ ਅਠੋ ਨੰਦਨ ਦੁਤੀਆ ਮਾਲ ਪੌਸ ਕਾਲਾਪੀ ਸੰਗ ਰਾਗਰੀ ਪੰਚੋ ਥਾਪੀ ਗੁਣ ਕਰੀਆ ਜੀਵ ਗੰਧਾਰੀ ਗੰਧਾਰੀ ਸ਼ਿਵਤੀ ਉਚਾਰੀ ਤਾਰਾ ਸ੍ਰੀ ਹੈ ਪੰਚੋ ਗਾਈ ਮਾਲ ਰਾਗ ਕੌ ਸਖ ਸੰਗ ਲਾਈ ਮਾਰੂ ਮਸ ਅੰਗ ਬੇਵਾਰ ਪਰਣ ਚੰਡ ਕੌਸ ਓ ਭਾਰ ਕਉ ਕਟੋ ਭਰ ਭਵਰ ਆਨੰਦ ਗਾਈ ਅਸ਼ਟ ਮਾਲ ਕੌ ਸਖ ਸੰਗ ਲਾਈ ਗੁਰਮਤ ਕੇ ਨਾਮ ਅਸ਼ਟ ਰਾਗੇ ਉਨ ਗਾ ਅਵਰ ਨਾ ਜਾਣੇ ਕੋਈ ਜੀ ਅਵਰੋ ਨਾ ਜਾਣੇ
शब्द गुर का एक नाम के आवे प्रसाद नान गुरु अंगद पर पदवी पावे आया हर चंदनवर हर राम नाम समाय जग अमर अटल अतूट ठाकुर भगत हर पाय हर पाणा गुर पाया गुर जावा हर बाबा जियो सा गुरु करे हर भय बिनती मेरी पैर रखो अरदास जियो ऐ राखो हर जन के हर देहो नाम रजो अंत चलदिया होए बेली जब दूत काल लखन सतगुरु की बेनती पाई हर प्रभु सुनी अरदास जी अरदास सिख सुनो बुद्ध भाइयो मेरे हर पाणा आओ मैं पा जियो हर पाणा गुर पाया मेरा हर कब करे सदा जी पर सतगुर पुरख सोई या पर पाणा पावी अनंत आनंद वदे बाजी हर आप गढ़ मेला आवे तुसी पुत भाई परिवार मेरा मर वेखो कर नरजा जी पुर लिखिया परवाणा फिरे नाही गुर जाए हर पापा जी सतगुर पाणे अपने बह परिवार सदाया मत मैं पिछे कोई रोग सी सो मैं बोल ना पाया अंते सतगुरु बोलिया मैं पिछे कीर्तन करियो निर्वाण जियो के सो गोपाल पंडित सजियो हर कथा पढ़े प्राण जियो हर कथा पढ़ी हर नाम सुनी बेबाण जे बोलिया गुर सिखा मर ले जाए जियो मोरी पुत सन्मुख होया रामदास पैरी पाए जी सब पावे पैरी सतगुरु के लिए जिते गुरु आप रखिया कोई कर बकीली निवे नाई सतगुरु आन नवारा हर सब जगत पैरी पाए जियो हर गुरे पाणा दी वडहाई गुर लिखिया ले कर जाए जियो सुंदर सुनो संतो सब जगत पैरी पाए जियो राम कली महला मीरिया तू सदा रोहरण वाली हडारो तू मन मेरे दूसरा विसाना अंगीकार हो करे त्रकार सब सुहाना सब जग पाया उतरे सगल सूरे दुख रोग संताप उतरे छोड़ी सची बाणी संत साजन पैर सदुरिया परपूरे धनवंत नानक गुर चरण लागे वाजे अनवाद तू सुन के पनीत कहते पवित्र जिने नाम त्याया जय मशकत काला नानक ते मुख उजले जिने नाम त्याया मोटा कर तुम सत्संग रसराम करे पुत्र बोलना जी सतनाम श्री वाहिगुरु 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 सर जियो अरदास एक ओंकार वाहिगुरु जी की फतेह श्री भगवान सहाय वाल श्री भगवान जी की पाशे दसवीं ਪਿਤਾ ਭਗਵਾਨ ਜੀ ਸਮੂਹ ਕੇ ਗੁਰੂ ਨਾਨਕ ਲੈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਸਹਾਏ ਅਰਜਨ ਹਰ ਗੋ ਬੰਦਰਾ ਸਿਮਰ ਸ੍ਰੀ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਏ ਜਿਸ ਰਿੱਠੇ ਸਬਦ ਵਜਾਏ ਤੇਗ ਬਹਾਦਰ ਸਿਮਰੇ ਕਰਨਾ ਦਾ ਵਿਧਾਏ ਸਭ ਚਰਣਾ ਸਾਹਿਬ ਸਭ ਚਰਣਾ ਸਾਹਿਬ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਚਰਣਾ ਸਾਹਿਬ ਦਸਾਂ ਪਾਤਸ਼ਾਹਾਂ ਦੇ ਆਤਮ ਜੋਤ ਗਤੀ ਤੇ ਬਿਰਾਜਮਾਨ ਜਾ ਰਹਾ ਹਜ਼ੂਰ ਸਭ ਕਲਾ ਭਰਪੂਰ ਕਲ ਜੁ ਕੇ ਬੋਏ ਤੁਰਕੀ ਬਾਣੀ ਆਈ ਤਿਨ ਸਲੀ ਤਿਨ ਮਟਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਦਾਰਿਆਂ ਦਾ ਧਿਆਨ ਰੱਖੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਹਨਾਂ ਤੇਰਾ ਨਾਮ ਜਪਿਆ ਵਣ ਛਕਿਆ ਦਿਖ ਤਰਾਈ ਤੇ ਗਵਾਹੀ ਦੇ ਕੇ ਅੰਡਣ ਕੀਤਾ ਤਿੰਨਾਂ ਪਿਆਰਾਂ ਸਿਆਰਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਸਾਹਿਬ ਦਰਸ਼ਨ ਦਾਰਿਆਂ ਦਾ ਧਿਆਨ ਕਰਕੇ ਖਾਲਸਾ ਸਾਹਿਬ ਗੁਰੂ ਜੀ ਇੱਥੇ ਸ਼੍ਰੀ ਖਾਲਸਾ ਜੀ ਕੀ ਅਰਦਾਸ ਹੈ ਜੀ
ਸਭ ਖਾਲਸਾ ਜੀ ਕੋ ਵਾਹਿਗੁਰੂ 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 ਤੇਰਾ ਹੀ ਨਾਮ ਜਿੱਤੇ ਆਵੇ ਜਿੱਤੇ ਆਉਣ ਦਾ ਸਤਿਕਾਰ ਸਭ ਸੁੱਖ ਹੋਵੇ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਰਚਾ ਦੇਖ ਕੇ ਫਤਿਹ ਬਿਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਗੁਰੂ ਖਾਲਸਾ ਜੀ ਦੇ ਬੋਲ ਵਾਲੇ ਬੋਲੋ ਜੀ ਜੈਕਾਰ ਬੋਲੋ ਜੀ ਅਤੇ ਸਿੱਖਾਂ ਸੇਵਕਾਂ ਦਾ ਮਾਨੇਵਾਂ ਮਤ ਜੀ ਮਤ ਪਰ ਕਰ ਰੱਖਾ ਆਪ ਕਾਰ ਗੁਰੂ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਇਤਾ ਜੀਓ ਗੁਰਦਾਰਨ ਕਾਲਾ ਸਾਹਿਬ ਪੰਜਾਬ ਸਾਹਿਬ ਤੇ ਹੋਰ ਵਰਤਾਮ ਜਿਹਨਾਂ ਤੋਂ ਆਪ ਜੀ ਪੰਥ ਨੂੰ ਛੋੜਿਆ ਗਿਆ ਤਿਹਨਾਂ ਦੇ ਖੁੱਲੇ ਦਰਸ਼ਨਦਾਰ ਅਤੇ ਸੇਵਾ ਸੁਭਾਅ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਫਿਰ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸੇ ਨੇ ਗੱਤਿਆਂ ਦੀ ਗੱਤ ਨੇ ਪੱਤਿਆਂ ਦੀ ਪੱਤ ਨੇ ਧਿਰਿਆਂ ਦੇ ਧਿਰ ਬਣਨ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਸ ਵੇਲੇ ਆਪਦੇ ਚਰਨਾਂ ਕਮਲਾਂ ਪਾਸ ਸੁਭੋ ਸਾਧ ਸੰਗਤ ਦੀ ਅਰਦਾਸ ਬਹਿਣੇ ਬਹਿਨਤੀ ਸੋਧਣੀ ਪ੍ਰਾਰਥਨਾ ਮਨਜ਼ੂਰ ਕਰਨੀ ਸੱਚੇ ਪਿਤਾ ਆਪਦੇ ਹੁਕਮ ਅਨੁਸਾਰ ਰਾਣਾ ਰਾਓ ਨਾ ਕੋ ਰਹੇ ਰੰਗ ਨਾ ਤੁੰਗ ਆਪਦੇ ਪਿੰਡੇ ਹੋ ਜੀਵ ਮਾਤਾ ਮਹਿੰਦਰ ਕੌਰ ਇਸ ਸੰਸਾਰ ਦੀ ਯਾਤਰਾ ਕਰਨ ਵਾਸਤੇ ਆਏ ਸਨ ਆਪਦੇ ਲਿਖੀ ਹੋਈ ਆਰਜ਼ੀ ਭੋਗ ਕੇ ਆਪਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਪਰਿਵਾਰ ਤੇ ਸਾਕ ਸੰਬੰਧੀਆਂ ਨੂੰ ਸਦੀਵ ਛੋੜਾ ਦੇ ਕੇ ਸੋਚ ਵਿੱਚੋਂ ਪ੍ਰਲੋਭ ਵਰਣ ਕੀਤਾ ਸੱਜੇ ਪਿਤਾ ਪਿੱਛੋਂ ਪਰਿਵਾਰ ਨੇ ਆਪਦੀ ਪਾਣੀ ਦਾ ਉਲਟਾ ਸਰ ਕਰਦੇ ਹੋਇਆ ਪਰਸੋਂ ਰੂਪ ਤੋਂ ਸੰਗਤਾਂ ਸਮੇਤ ਆਪਦੇ ਸੋਹਣੇ ਹਰਿਦਵਾਰ ਵਿੱਚ ਪਹੁੰਚ ਗਏ ਆਪ ਜੀ ਦੇ ਚਰਨ ਪਰਸ਼ ਕੇ ਆਪਦਾ ਸਵਾਗਤ ਆਪਣੇ ਗ੍ਰਹਿ ਨੂੰ ਖਿਲਾ ਕੇ ਗ੍ਰਹਿ ਪਵਿੱਤਰ ਕੀਤਾ ਹੈ ਤੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਾਏ ਸਨ ਜੋ ਆਪਦੀ ਮਿਹਰ ਸਰਕਾਰ ਦੀ ਬਖਸ਼ ਸਰਕਾਰ ਸਰਗੁਣ ਦਾਈਆਂ ਹੋਈਆਂ ਸੱਚੇ ਕਰਦਿਆਂ ਸੰਗਤਾਂ ਪਾਸੋਂ ਪਰਸੋਂ ਰੋਜ਼ ਤੋਂ ਸੇਵ ਪਰਿਵਾਰ ਤੋਂ ਸੇਵਾ ਵਿੱਚ ਵਿਚਰਦਿਆਂ ਹੋਈਆਂ ਅਨੰਤ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਲੈਣੀਆਂ ਬਖਸ਼ਾਂ ਦੇ ਪਿਤਾ ਅਸੀਂ ਕਲਯੁਗ ਦੇਵਾਂ ਦੀ ਖਿੜਖਿੜ ਪੁਰਨਹਾਰਾ ਦਇਆ ਕਰਕੇ ਰਹਿਮਤ ਕਰਕੇ ਸੁਮਤ ਬਖਸ਼ਿਸ਼ ਕਰਕੇ ਆਪਣੀ ਸ਼ੁੱਧ ਅਤੇ ਸਪਸ਼ਟ ਸੇਵਾ ਆਪ ਹੀ ਗੁਰੂ ਨਾਨਕ ਸਾਹਿਬ ਪਿਤਾ ਸ੍ਰੀ ਅਖੰਡਪੁਰ ਸਾਹਿਬ ਦੇ ਭੋਗ ਉਪਰੰਤ ਸੇਵ ਪਰਿਵਾਰ ਵੱਲੋਂ ਆਪ ਨੂੰ ਸ਼ੁੱਧਰ ਪਛਾ ਕੇ ਭੇਟਾ ਕੀਤੇ ਗਏ ਬੇਅੰਤ ਮਾਇਆ ਦੇ ਕੱਫੇ ਦਰਸ਼ਿਤ ਹੋਏ ਗਏ ਹਨ ਮਾਤਾ ਮਹਿੰਦਰ ਕੌਰ ਦੇ ਨਿਮਿਤ ਬਸਤਰਾ ਵਸਤਾਂ ਹਾਜ਼ਰ ਕੀਤੀਆਂ ਗਈਆਂ ਹਨ ਗੁਰੂ ਸਾਹਿਬ ਪਾਤਸ਼ਾਹ ਦੀ ਦਿਆਲ ਆਪਦੇ ਹੁਕਮ ਅਨੁਸਾਰ ਉਹਨਾਂ ਦਾਨ ਜੋ ਬੀਤੇ ਸਭ ਧਰਮ ਰਾਜ ਕੇ ਜਾਈ ਦੇ ਹੁਕਮ ਅਨੁਸਾਰ ਗੁਰਮਾਨ ਸਿੰਘ ਪਾਤਸ਼ਾਹ ਜੀ ਸੇਵ ਪ੍ਰਵਾਨ ਦੀ ਸੇਵਾ ਪ੍ਰਵਾਨ ਕਰ ਲੈਣੀ ਮਾਤਾ ਮਹਿੰਦਰ ਕੌਰ ਪਾਸੋਂ ਇਸ ਸੰਸਾਰ ਵਿੱਚ ਵਿਚਰਦਿਆਂ ਪਰਿਵਾਰ ਨਾਲ ਵਿਚਰਦਿਆਂ ਹੋਈਆਂ ਅਨੰਤ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਲੈਣੀਆਂ ਬਖਸ਼ਾਂ ਪਿਤਾ ਆਪਣੇ ਚਰਨਾਂ ਦੇ ਨਾਲ ਬਖਸ਼ ਚਰਨਾਂ ਪਿੱਛੇ ਪਰਿਵਾਰ ਤੇ ਸਾਥ ਸੰਬੰਧ ਨੂੰ ਭਾਣੇ ਵਿੱਚ ਰਹਿਣ ਦਾ ਬਖਸ਼ਾ ਨਾ ਪਾਣੀ ਦਾ ਜੋੜ ਕਰਨਾ ਗੁਰਮਤਿ ਸਿੰਘ ਪਾਤਸ਼ਾਹ ਨੇ ਦਿਆਲ ਸ੍ਰੀ ਅਖੰਡ ਸਾਹਿਬ ਦੀ ਭੋਗਾਂ ਪ੍ਰਭ ਪੰਚਾਂ ਦਾ ਇਕੜਾ ਪ੍ਰਭ ਸੱਜ ਕੇ ਹਾਜ਼ਰ ਹੈ ਜੀ ਦਰ ਪ੍ਰਾਣ ਹੋਵੇ ਦਰ ਪ੍ਰਾਣ ਦਾ ਪ੍ਰਸ਼ਾਦ ਸਾਥ ਅਤੁੱਟ ਹੋ ਕੇ ਵਰਤੇ ਜੋ ਜੀ ਆਪਦਾ ਪ੍ਰਸ਼ਾਦ ਛਕੇ ਪਦ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਦਰ ਆਈਆਂ ਸੰਗਤਾਂ ਦੀਆਂ ਹਾਰੀਆਂ ਦਾ ਪ੍ਰਵਾਨ ਕਰੋ ਜੀ ਫਿਰ ਕੋਈ ਭੇਟਾਵਾਂ ਸੁਭਾਵਾਂ ਪ੍ਰਾਨ ਕਰੋ ਆਪਣੇ ਦਰੋ ਦਰੋ ਗੁਰ ਸਿੱਖੀ ਜੀਵਨ ਬਾਣੀ ਬਾਣੀ ਦਾ ਪਿਆਰ ਗੁਰੂ ਘਰ ਦੀ ਸੇਵਾਦਾਰੀ ਬਖਸ਼ੀ ਕਰਨਾ ਸੱਜੀ ਪਿਤਾ ਐਸੇ ਆਪਣੀ ਬਾਣੀ ਦੇ ਅਟਲ ਹੁਕਮ ਨਾਮੇ ਬਖਸ਼ੇ ਸਭ ਸੰਤ ਨੂੰ ਕਰਤਾਰ ਕਰੋ ਜੀ ਸਹੀ ਪਿਆਰੇ ਮਿਲੋ ਜਿਹੜਾ ਮੇਰਾ ਸਵਾਸਾ ਨਵੀਂ ਨਾਮ ਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇ ਵਾਹਿਗੁਰੂ ਜੀ ਕਾ ਖਾਲਸਾ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਟੋਡੀ ਮਹੱਲਾ ਪੰਜਵਾ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਹਰ ਹਰ ਚਰਨ ਹਰਦਾਇ ਉਰ ਤਾਰੇ ਸਿਮਰ ਸਵਾਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ ਤਤ ਵਿਚਾਰੇ ਗੁਣ ਗਾਵਤ ਅਤੁਲ ਸੁਖ ਪਾਇਆ ਠਾਕੁਰ ਅਗਮ ਅਪਾਰੇ
जन पार ब्रह्म अपने कीने तिनका और कछ ना बिचारे नाम रतन सुन जप जप जीवा हर नानक कंठ मजारे हर ब्रह्म अपने कीने काशना बिचारे नाम रतन सुन जप जप जीवा हर नानक कंठ मजारे वाहिगुरु जी का खालसा वाहिगुरु जी की फतेह Yeah.
ਇਸੇ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਸਤਸੰਗ ਜੀ ਜਿੰਨਾ ਵੀ ਸੰਸਾਰ ਹੈ ਪਰਮਾਤਮਾ ਦਾ ਰਚਿਆ ਹੋਇਆ ਹੈ।
उस परमात्मा की मर्जी है, कदों हुक्म कर दे ते किन्नू जाना पैना है। सतगुर सच्चे पातशाह महाराज गुरबाणी के अंदर भी समझाते हैं, राणा राउ ना को रहे रंग न तुंग फकीर, वारी आपो अपनी कोई ना बंदे तीर। ये सतसंग जी जे साडा जन्म होया है ते साडे उत्ते मरना लिखा दे मथे उत्ते मरना लिखिया गया है, ते जदों सतसंग जी समा आना है संसार तो जाना पैना है। जिवें कि माता मिंदर कौर नूं परमात्मा दा सद्दा आ गया ते सतसंग जी संसार तो जाना पिया। मौत जिहड़ी है टल है, मौत ने सतसंग जी आना ही आना है। ता ही सतगुर सच्चे पातशाह कहिंदे, चेतना है तो चेत लै इस दिन में प्राणी, छिन छिन औद बिहात है फूटे कट जे उपानी। महाराज कहिंदे मौत तो पहलो एक कम कर ला, उस परमात्मा काल पुरख का नाम जपला, सिमरन करला, भगती करला, उहदे नाल जुड़ जा, तेरा आधार हो जाएगा। भगत कबीर साहब जी समझाउणा करदे हन गुरबाणी दे विच, छिन छिन औद बिहात है फूके कट ज्यों पानी। ये जिहड़ा सानू शरीर मिलिया है एक मिट्टी का घड़ा है, कहिंदे जिवें घड़े नूं टेढ़ आ जाए तो हौली हौली उहदे विचों बूंद बूंद पानी की खिसकदी जाती, एक दिन खाली हो जाता है। इसे तरह परमात्मा ने सानू कीमती सवाह दित्ते हन, ज्यों ज्यों सवास सतसंग जी साडे खत्म होंदे जांदे हन इक दिन कड़ा जिहड़ा भज जांदा है टुट जांदा है। तां ही सतगुर सच्चे पातशाह कहिंदे, चेतना है तो चेत लै इस दिन में प्राणी, हे जीव उस परमात्मा नूं चेते कर ला, उस परमात्मा का सिमरन कर। पता नहीं कदों जिहड़े तैनूं उधारे सवास मिले हन खत्म हो जाने हन। ते गुरु नानक सच्चे पातशाह कहिंदे, जिहड़ा जीव है एक दम दा आदमी है। धन श्री गुरु नानक सच्चे पातशाह महाराज कहन लगे, भाई मरदाने नूं ते बाले नूं दस मरदानिया, मौत जिहड़ी किन्नी क दूर है। वह कहन लगा, सच्चे पातशाह पता नहीं कल नूं दिन चढ़ना कि नहीं चढ़ना। फिर भाई बाले नूं पुछया गया, भाई बाला जी दसो मौत किड्डी क दूर है। वह कहन लगा, पता नहीं महाराज सच्चे पातशाह शामा पैनिया कि नहीं पैनिया। तो गुरु नानक सच्चे पातशाह कहन लगे, तुसा ने मौत को बहुत दूर समझिया है। तो महाराज गुरबाणी में कहते हैं, समझाउणा करते हैं, हम आदमी है एक दमी मोहलत मोहत न जाना। महाराज कहते, भाई बालिया तो मरदानिया, जिहड़ी मौत है जे तो सवास अंदर चला गया तो आदमी है, जे सवास अंदर ना गया तो मिट्टी की ढेरी मौत इन्नी क दूर तो इन्नी क नेड़े है। सतसंग जी ता गुरु साहब जी कहिंदे, हे जीव उस परमात्मा दे गुण गा, उस परमात्मा की बंदगी कर, सिमरन कर। बाकी सारे पता सी संसारी जीव हाँ, संसार दे विच माता पिता नूं बच्चियां दी लोड़ है, ते बच्चियां नूं माता पिता दी लोड़, एक संबंध बनिया होया। सतसंग जी ये ते सतगुर सच्चे पातशाह कहिंदे, पूर्व जन्म के मले संजोगी, अंते को ना सहाई। ये जिन्ना भी परिवार बनता है सतसंग जी पूर्वले जन्मा करके हुंदा है, जिवें माता है, पिता है, बच्चे हैं, भैन भरा, रिश्तेदारी संबंधी, एक पूर्वले जन्मा करके सारा परिवार कट्ठा हुंदा है, पिछों जुड़ते जाते हैं तो अगों सतसंग विछड़ते जाते। ऐसा संसार परमात्मा ने बनाया, ऐसी खेड बनाई है, ऐसा तरीके दे नाल परमात्मा ने संसार बनाया। महाराज कहिंदे, साधो रचना राम बनाई, उस परमात्मा ने संसार की रचना ऐसी बनाई है। सतसंग जी इस संसार विच कोई आ रहा है, कोई रह रहा है, कोई जा रहा है। बाकी आप सारे पता है कि माता मिंदर कौर माँ का बहुत वड्डा रोल हुंदा परिवार दे विच। सतसंग जी साडे सिख धर्म दे विच भी समझाउणा करदे, सियाणे विद्वान भी सुणाउंदे हन कि स्त्री का बहुत वड्डा रोल हुंदा है। पहलो सतसंग जी अपने माता पिता दे घर विच रहना, फिर सतसंग जी दूसरे घर जाना,
ਕਹਿੰਦੇ ਇੱਕ ਦਿਨ ਅਕਬਰ ਦੀ ਜਿਹੜੀ ਮਾਂ ਸੀ ਪੂਰੀ ਹੋ ਗਈ, ਸੰਸਾਰ ਤੋਂ ਚਲੀ ਗਈ, ਅਤੇ ਅਕਬਰ ਬਾਦਸ਼ਾਹ ਬੜਾ ਰੋਇਆ, ਅੱਖਾਂ ਦੇ ਵਿੱਚੋਂ ਪਾਣੀ ਆਇਆ। ਸਿਆਣੇ ਵਜ਼ੀਰਾਂ ਨੇ ਸਮਝਾਇਆ, ਕਹਿਣ ਲੱਗੇ ਅਕਬਰ ਤੂੰ ਬੜਾ ਰੋ ਰਿਹਾ ਵਾਂ। ਉਹ ਕਹਿਣ ਲੱਗਾ ਮੇਰੀ ਮਾਂ ਸੰਸਾਰ ਤੋਂ ਚਲੇ ਗਈ ਹੈ, ਜੋ ਮੈਨੂੰ ਮਾਂ ਮੇਰੀ ਨੇ ਸਮਝਾਇਆ, ਜੋ ਮੇਰੀ ਮਾਂ ਨੇ ਮੈਨੂੰ ਗੁਣ ਦਿੱਤੇ ਸਨ, ਭਾਵੇਂ ਸੰਸਾਰ ਬੜਾ ਵੱਡਾ ਹੈ, ਪਰ ਜਿਹੜੀਆਂ ਗੱਲਾਂ ਜਿਹੜੀਆਂ ਵਿਚਾਰਾਂ ਮੈਨੂੰ ਮੇਰੀ ਮਾਂ ਨੇ ਸਮਝਾਈਆਂ ਸਨ, ਉਹ ਸੰਸਾਰ ਵਿੱਚ ਹੋਰ ਕਿਸੇ ਨੇ ਨਹੀਂ ਸਮਝਾਈਆਂ। ਉਹ ਮੈਨੂੰ ਕਈ ਵਾਰ ਦਬਕਾ ਵੀ ਮਾਰ ਦਿੰਦੀ ਸੀ, ਤਾੜਨਾ ਵੀ ਕਰ ਦਿੰਦੀ ਸੀ, ਤਾਂ ਕਰਕੇ ਮੈਂ ਰੋ ਰਿਹਾ ਵਾਂ ਕਿ ਮਾਂ ਸੰਸਾਰ ਵਿੱਚ ਇੱਕ ਵਾਰ ਚਲੇ ਜਾਂਦੀ ਹੈ, ਮੁੜ ਕੇ ਬਾਅਦ ਵਿੱਚ ਨਹੀਂ ਮਿਲਦੀ। ਕਿਉਂਕਿ ਸਤਸੰਗ ਜੀ ਇੱਕ ਮਾਂ ਹੈ ਜਿਹੜੀ ਬੱਚਿਆਂ ਦੀਆਂ ਸੁੱਖਾਂ ਮੰਗਦੀ ਹੈ, ਬੱਚਿਆਂ ਨੂੰ ਸੀਸਾਂ ਦਿੰਦੀ ਹੈ ਕਿ ਜਿਹੜਾ ਮੇਰਾ ਪਰਿਵਾਰ ਹੈ ਵਧੇ ਫੁੱਲੇ। ਉਹਦੇ ਮਨ ਦੇ ਵਿੱਚ ਇਹੀ ਅਰਦਾਸਾਂ ਬੇਨਤੀਆਂ ਹੁੰਦੀਆਂ ਹਨ। ਅਕਬਰ ਬਾਦਸ਼ਾਹ ਕਹਿਣ ਲੱਗਾ ਦੁਨੀਆ ਦੇ ਅੰਦਰ ਸਾਰੇ ਲੋਕ ਮੇਰੇ ਤੋਂ ਡਰਦੇ ਸਨ, ਇੱਕ ਮੇਰੀ ਮਾਂ ਸੀ ਮੇਰੀ ਜਿਹੜੀ ਮੇਰੇ ਕੋਲ ਨਹੀਂ ਸੀ ਡਰਦੀ। ਜਦੋਂ ਮਰਜ਼ੀ ਲੋਕ ਅਕਬਰ ਬਾਦਸ਼ਾਹ ਕਹਿੰਦੇ ਸਨ ਅਤੇ ਮਾਂ ਮੇਰੀ ਮੈਨੂੰ ਅੱਕੂ ਕਹਿ ਦਿੰਦੀ ਸੀ, ਉਹ ਨਹੀਂ ਸੀ ਡਰਦੀ। ਵੇਖੋ ਮਾਂ ਦਾ ਬਹੁਤ ਵੱਡਾ ਰੁਤਬਾ ਹੁੰਦਾ ਹੈ, ਬਹੁਤ ਵੱਡਾ ਉਹਦਾ ਰੋਲ। ਉਹਨੂੰ ਪਤਾ ਕਿ ਮੇਰੀਆਂ ਆਂਦਰਾਂ ਮੇਰੀ ਦਰਦ ਹੈ, ਆਪ ਸਾਰਿਆਂ ਨੂੰ ਪਤਾ ਹੈ ਕਿ ਜਿਨ੍ਹਾਂ ਨੇ ਸੇਵਾ ਕਰ ਲਈ ਹੈ, ਜਿਨ੍ਹਾਂ ਨੂੰ ਸਮਝ ਆ ਗਈ ਹੈ, ਜਿਨ੍ਹਾਂ ਨੂੰ ਪਛਾਣ ਆ ਗਈ ਹੈ, ਉਹਨਾਂ ਨੂੰ ਪਤਾ ਲੱਗ ਗਿਆ ਕਿ ਰੱਬ ਇਹੀ ਹੈ। ਉਹ ਤਾਂ ਨਮਸਕਾਰ ਕਰਦੇ ਹਨ ਮਾਂ ਦੇ ਚਰਣਾਂ ਦੇ ਵਿੱਚ। ਅਕਬਰ ਬਾਦਸ਼ਾਹ ਕਹਿਣ ਲੱਗਾ ਮੇਰੀ ਸੰਸਾਰ ਤੋਂ ਮਾਂ ਚਲੇ ਗਈ ਹੈ, ਉਹ ਮੈਨੂੰ ਬਹੁਤ ਕੁਝ ਸਮਝਾਉਂਦੀ ਸੀ। ਜਦੋਂ ਮੈਂ ਬਾਹਰੋਂ ਆਉਣਾ, ਜਦੋਂ ਕੋਈ ਇਲਾਕਾ ਜਿੱਤ ਕੇ ਆਉਣਾ, ਅਤੇ ਮਾਂ ਨੇ ਮੈਨੂੰ ਬੜਾ ਕੁਝ ਸਮਝਾਉਣਾ, ਪਰ ਉਹ ਸਮਝਾਉਣ ਵਾਲਾ ਹੁਣ ਕੋਈ ਨਹੀਂ ਰਿਹਾ, ਹੁਣ ਮੈਨੂੰ ਕੌਣ ਸਮਝਾਵੇਗਾ। ਭਾਵੇਂ ਮੇਰੇ ਨਾਲ ਬੜੇ ਬੜੇ ਸਿਆਣੇ ਵਜ਼ੀਰ ਹਨ, ਬੜੇ ਸਮਝਦਾਰ ਲੋਕ ਹਨ, ਪਰ ਜਿਹੜੀ ਮੇਰੀ ਮਾਂ ਦਾ ਰੁਤਬਾ ਸੀ ਕੁਝ ਹੋਰ ਸੀ। ਇਹ ਸਤਸੰਗ ਜੀ, ਮਾਂ ਜਿਹੜੀ ਹੈ ਉਹਦਾ ਰੁਤਬਾ ਬਹੁਤ ਵੱਡਾ ਹੈ, ਇਹੀ ਇੱਕ ਰੱਬ ਹੈ, ਇਹੀ ਇੱਕ ਮੰਦਰ ਹੈ ਅਤੇ ਗੁਰਦੁਆਰਾ ਹੈ, ਜਿਨ੍ਹਾਂ ਨੇ ਮਾਤਾ ਪਿਤਾ ਦੀ ਸੇਵਾ ਕਰ ਲਈ, ਉਹਨਾਂ ਨੂੰ ਸਭ ਪਰਮਾਤਮਾ ਵਾਹਿਗੁਰੂ ਸਾਰਾ ਕੁਝ ਦੇ ਦਿੰਦਾ ਹੈ। ਜਿਵੇਂ ਮਾਤਾ ਮਹਿੰਦਰ ਕੌਰ ਦੀ ਬੱਚਿਆਂ ਨੇ ਬੜੀ ਸੇਵਾ ਕੀਤੀ ਹੈ, ਕਾਫ਼ੀ ਉਹਨਾਂ ਦੀ ਉਮਰ ਸੀ ਸਤਸੰਗ ਜੀ, ਪਰ ਐਸਾ ਸਮਾਂ ਆ ਗਿਆ ਸੰਸਾਰ ਤੋਂ ਜਾਣਾ ਪੈਂਦਾ ਹੈ, ਇਹ ਵਿਛੋੜਾ ਸਤਸੰਗ ਜੀ ਸਾਰਿਆਂ ਦਾ ਪੈਂਦਾ ਹੈ। ਕਹਿੰਦੇ ਇੱਕ ਦਿਨ ਐਸਾ ਸਮਾਂ ਕਿਸੇ ਮਾਂ ਦੇ ਬੱਚੇ ਸਨ, ਮਾਂ ਬੜਾ ਪਿਆਰ ਕੀਤਾ, ਬੜੇ ਲਾਡ ਲਡਾਏ, ਕਹਿੰਦੇ ਮਾਂ ਦਾ ਅੰਤ ਸਮਾਂ ਆ ਗਿਆ। ਜਦੋਂ ਅੰਤ ਸਮਾਂ ਆ ਗਿਆ ਤਾਂ ਸਾਰੇ ਬੱਚੇ ਮਾਤਾ ਦੇ ਕੋਲ ਖਲੋਤੇ ਹਨ, ਇੱਕ ਬੱਚੇ ਦੇ ਅੰਦਰੋਂ ਦਰਦ ਆਇਆ, ਕਹਿਣ ਲੱਗਾ ਮਾਂ ਤੇ ਸਾਡੇ ਤੋਂ ਚਲੀ ਜਾਣਾ ਹੈ। ਅਤੇ ਉਸ ਵੇਲੇ ਸਤਸੰਗ ਜੀ ਉਹ ਬੱਚਾ ਕੀ ਕਹਿਣ ਲੱਗਾ, ਮਾਂ ਤੂੰ ਨਾ ਸੰਸਾਰ ਤੋਂ ਜਾ, ਮੈਂ ਚਲਾ ਜਾਂਦਾ। ਵੇਖੋ ਸਤਸੰਗ ਜੀ ਪਿਆਰ, ਮਾਵਾਂ ਐਸਾ ਦਰਦ ਅੰਦਰ ਬੱਚਿਆਂ ਦੇ ਭਰ ਦਿੰਦੀਆਂ ਹਨ। ਕਹਿਣ ਲੱਗੇ ਬੱਚਾ ਕਹਿਣ ਲੱਗਾ, ਮਾਤਾ ਤੂੰ ਨਾ ਸੰਸਾਰ ਤੋਂ ਜਾ, ਮੈਂ ਚਲਾ ਜਾਂਦਾ ਵਾਂ। ਉਸ ਵੇਲੇ ਮਾਂ ਕਹਿਣ ਲੱਗੀ, ਪੁੱਤ ਇਹ ਸੌਦਾ ਪਰਮਾਤਮਾ ਨਾਲ ਮੈਂ ਪਹਿਲੋਂ ਕਰ ਆਈ ਹਾਂ, ਜਿਹੜੀ ਤੂੰ ਮੈਨੂੰ ਗੱਲ ਕਹਿਣ ਲੱਗਾ ਵਾਂ ਕਿ ਮੈਂ ਚਲਾ ਜਾਵਾਂ, ਤੂੰ ਇੱਥੇ ਰਹਿ, ਤੁਸੀਂ ਛੋਟੇ ਛੋਟੇ ਸੋ, ਮੈਂ ਅਰਦਾਸਾਂ ਕੀਤੀਆਂ ਸੁੱਖਣਾ ਸੁੱਖੀਆਂ ਸੱਚੇ ਪਾਤਸ਼ਾਹ, ਮੇਰਾ ਪਰਿਵਾਰ ਵਧੇ ਫੁੱਲੇ, ਇਹ ਮੈਂ ਫਿਰ ਜਾਵਾਂ ਦੇ ਮਹਾਰਾਜ ਸੱਚੇ ਪਾਤਸ਼ਾਹ। ਜਦੋਂ ਤੱਤੀ ਤਵੀ 'ਤੇ ਬੈਠੇ ਅਤੇ ਸਾਈਂ ਮੀਆਂ ਮੀਰ ਨੇ ਵੀ ਆਖਿਆ ਸੀ, ਦਾਤਾ ਤੁਸੀਂ ਤੱਤੀ ਤਵੀ 'ਤੇ ਬੈਠੇ ਜੋ, ਮੈਨੂੰ ਹੁਕਮ ਕਰੋ ਅਤੇ ਮੈਂ ਕੁਝ ਕਰ ਸਕਾਂ। ਉਸ ਵੇਲੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਪਰਮਾਤਮਾ ਦਾ ਭਾਣਾ ਹੈ, ਮੌਤ ਵੀ ਉਹਦੇ ਭਾਣੇ ਵਿੱਚ ਹੈ, ਦੁੱਖ ਵੀ ਉਹਦੇ ਭਾਣੇ ਵਿੱਚ ਹੈ, ਸੁੱਖ ਵੀ ਉਹਦੇ ਭਾਣੇ ਵਿੱਚ ਹੈ। ਜੋ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ, ਤੇਰਾ ਕੀ ਆ ਮਿੱਠਾ ਲਾਗੇ, ਹਰਨਾਮ ਪਦਾਰਥ ਨਾਨਕ ਮੰਗੇ। ਉਸ ਕਾਲ ਪੁਰਖ ਪਰਮਾਤਮਾ ਦਾ ਜੋ ਭਾਣਾ ਹੈ, ਸਾਸੀ ਸਾਨੂੰ ਸਹਿਣਾ ਪੈਣਾ ਹੈ, ਆਪਾਂ ਸਾਰੇ ਭਾਣੇ ਦੇ ਵਿੱਚ ਹਾਂ ਅਤੇ ਆਪਾਂ ਸਾਰੀਆਂ ਸੰਗਤਾਂ ਨੇ ਪਰਮਾਤਮਾ ਦਾ ਪਰਿਵਾਰ ਨੇ ਭਾਣਾ ਮੰਨਣਾ ਹੈ। ਇਹ ਪਰਮਾਤਮਾ ਦੀ ਰਚਨਾ ਹੈ, ਪਰਮਾਤਮਾ ਦੀ ਖੇਡ ਹੈ। ਵੇਖੋ ਕੋਈ ਆ ਰਿਹਾ ਹੈ, ਕੋਈ ਜਾ ਰਿਹਾ ਹੈ, ਕੋਈ ਰਹਿ ਰਿਹਾ, ਮੁਸਾਫਰਖਾਨਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਦੇ, ਕਹਿਣ ਲੱਗੇ ਸਾਈਂ ਮੀਆਂ ਮੀਰ
जे आपां संसार ते आए हाँ ते आपां संसार तो जाना है वह परमात्मा का पता नहीं किदां दा हुक्म है किहड़े तरीके नाल उहने खड़ना है पर असी उस परमात्मा का जिहड़ा भाणा सिर मत्थे मन्निया है तेरा की आ मीठा लागे हरनाम पदार्थ नानक मांगे शब्द नाल जुड़ीए सत संगत जीओ जिन्हां चीजां संगतां ने चाह पाणी छक लिया है जल पाणी छक लिया है वह सतगुरां की पावन हजूरी अंदर आण के बैठन गुरु की बाणी का लाहा प्राप्त करिए सत संगत जी इहदे नाल तुहाडा भी भला है ते विछड़े हुए प्राणी का भी भला है ता ही गुरु साहब जी कहिंदे देहो सज्जण सीसड़ियां जो होवे साहिब सुमेल तो सारिआं ने आपां अंतम दा वी शामिल होना है संगतां नूं बेनती जिन्हां जिन्हां संगतां ने चाह पाणी छक लिया है आओ सतगुरां की पावन हजूरी अंदर बैठीए ते बाणी का आनंद माणीए अपने हिरदे अंदर बाणी नूं वसाईए जो परमात्मा का भाणा है जो परमात्मा की रजा है आपां नूं रजा विच रहना चाहीदा है तेरा किया मीठा लागे तेरा किया मीठा लागे मीठा लागे मीठा लागे तेरा किया मीठा लागे मीठा लागे मीठा लागे मीठा लागे मीठा लागे मीठा लागे तेरा किया मीठा लागे हर नाम पदार्थ नानक मांगे नानक मांगे नानक मांगे तेरा किया मीठा लागे मीठा लागे मीठा लागे हर नाम पदार्थ नानक मांगे नानक मांगे नानक मांगे हर का नाम हृदय नित त्याई संगी साथी सगल तराई सगल तराई हर का नाम हृदय नित त्याई संगी साथी सगल तराई सगल तराई सगल तराई तेरा किया मीठा लागे तेरा किया मीठा लागे गुर मेरे संग सदा है नाले सिमर सिमर तिस सदा समाले
सानू भी गुरु अर्जन देव महाराज ने पाने में रहन की जा सिखाई है क्योंकि आप पाने में रहे हैं तो सानू भी पाने में रहन की उन्होंने जा सिखाई है। धन गुरु नानक सच्चे पातशाह महाराज जदों परमात्मा याद करते सन जदों परमात्मा के नाल जुड़ते सन
ਤੇ ਆਪਾਂ ਸ਼ਾਮਾਂ ਨੂੰ ਰਹਿ ਰਹਿ ਦਾ ਪਾਠ ਕਰਦੇ ਹਾਂ ਤੇ ਬਾਣੀ ਵਿੱਚ ਆਉਂਦਾ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ। ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਹੇ ਪਰਮਾਤਮਾ ਤੂੰ ਮੇਰੀ ਮਾਂ ਵਾਂ ਤੂੰ ਮੇਰੀ ਮਾਤਾ ਵਾਂ। ਵੇਖੋ ਸਤਸੰਗ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਰਹਿਮਤ ਕੀਤੀ ਹੈ। ਜਦੋਂ ਵੀ ਜੁੜਦੇ ਹਨ ਪਰਮਾਤਮਾ ਦੇ ਨਾਲ ਤੇ ਪਰਮਾਤਮਾ ਨੂੰ ਮਾਤਾ ਕਹਿ ਕੇ ਵੀ ਪੁਕਾਰਦੇ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ। ਸਤਸੰਗ ਜੀ ਮਾਂ ਦਾ ਕਿੱਡਾ ਵੱਡਾ ਰੁਤਬਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸਤਸੰਗ ਜੀ ਜਦੋਂ ਉਹਨਾਂ ਨੇ ਚਮਕੌਰ ਦੀ ਗੜੀ ਛੱਡੀ ਤੇ ਦੀਨੇ ਕਾਂਗੜੇ ਨੂੰ ਆ ਰਹੇ ਹਨ ਉਸ ਵੇਲੇ ਉਹਨਾਂ ਨੂੰ ਪਤਾ ਲੱਗਾ ਕਿ ਜਿਹੜੀ ਮੇਰੀ ਮਾਤਾ ਗੁਜਰ ਕੌਰ ਹੈ ਤੇ ਛੋਟੇ ਸਾਹਿਬਜ਼ਾਦੇ ਹਨ ਇਹ ਸਰਹੰਦ ਦੇ ਵਿੱਚ ਹਨ। ਵੇਖੋ ਸਤਸੰਗ ਜੀ ਮਾਤਾ ਦਾ ਕਿੱਡਾ ਵੱਡਾ ਰੁਤਬਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਸੇ ਦੇ ਹੱਥ ਸੁਨੇਹਾ ਭੇਜਿਆ ਕਿ ਮੇਰੀ ਮਾਤਾ ਦਾ ਪਤਾ ਕਰਕੇ ਆਓ। ਮੇਰੀ ਮਾਤਾ ਸਰਹੰਦ ਵਿੱਚ ਹਨ ਹੈ ਛੋਟੇ ਬੱਚੇ ਵੀ ਉੱਥੇ ਹਨ ਜਾਓ ਜਾ ਕੇ ਖਬਰ ਲੈ ਕੇ ਆਓ ਤੇ ਆਪ ਸਾਰਿਆਂ ਨੂੰ ਪਤਾ ਕਿ ਨੂਰਾ ਮਾਹੀ ਜਿਹੜਾ ਹੈ ਉਹ ਗਿਆ ਹੈ ਖਬਰ ਲੈਣ ਵਾਸਤੇ ਤੇ ਜਦੋਂ ਸਤਸੰਗ ਜੀ ਪਤਾ ਲੱਗਾ ਨੂਰੇ ਮਾਹੀ ਨੂੰ ਕਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੀ ਮਾਤਾ ਠੰਡੇ ਬੁਰਜ ਵਿੱਚ ਸ਼ਹੀਦ ਹੋ ਗਈ ਹੈ ਛੋਟੇ ਬੱਚੇ ਵੀ ਸ਼ਹੀਦ ਹੋ ਗਏ ਹਨ ਤੇ ਜਦੋਂ ਉਹਨਾਂ ਨੇ ਸਾਰੀ ਆਣ ਕੇ ਖਬਰ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਦੱਸੀ ਉਸ ਵੇਲੇ ਸਤਸੰਗ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨਾਲੇ ਤੇ ਪਰਮਾਤਮਾ ਦਾ ਭਾਣਾ ਮੰਨਦੇ ਹਨ ਤੇ ਨਾਲੇ ਮਨ ਵਿੱਚ ਇਹ ਵੀ ਗੱਲ ਕਰਦੇ ਹਨ ਮਾਤਾ ਬੱਚਿਆਂ ਦਾ ਫਰਜ਼ ਹੁੰਦਾ ਹੈ ਕਿ ਅੰਤ ਸਮਾਂ ਆ ਜਾਵੇ ਲਾਗੇ ਹੋਣਾ ਇਹ ਮੇਰੀ ਮਾਂ ਤੂੰ ਤੇ ਸਰਹੰਦ ਦੇ ਵਿੱਚ ਕੈਦ ਸਾਂ ਤੂੰ ਉੱਥੇ ਸ਼ਹੀਦੀ ਪ੍ਰਾਪਤ ਕਰ ਲਈ ਬੱਚਿਆਂ ਨੇ ਵੀ ਸ਼ਹੀਦੀ ਪ੍ਰਾਪਤ ਕਰ ਲਈ ਮਾਂ ਮੇਰਾ ਵੀ ਕੋਈ ਫਰਜ਼ ਸੀ ਧਿਆਨ ਦੇਣਾ ਸਤਸੰਗ ਜੀ ਇਹ ਬੜੀ ਕੀਮਤੀ ਗੱਲ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਆਪਣੇ ਅੰਦਰ ਇਹ ਸਤਸੰਗ ਜੀ ਝਾਤੀ ਮਾਰਦੇ ਨਾਲੇ ਮਾਤਾ ਨੂੰ ਯਾਦ ਕਰਦੇ ਮਾਤਾ ਤੂੰ ਸ਼ਹੀਦ ਹੋ ਗਈ ਕੋ ਮੇਰਾ ਵੀ ਸਿਆਣੇ ਵਿਦਵਾਨ ਕਹਿੰਦੇ ਹਨ ਜ਼ਿੰਦਗੀ ਦੇ ਵਿੱਚ ਜਿੰਨੇ ਵੀ ਪਤਾ ਨਹੀਂ ਕਿੰਨੇ ਗੁਨਾਹ ਕੀਤੇ ਹੋਣ ਅਤੇ ਬੰਦਾ ਆਪਣੀ ਮਾਂ ਦੇ ਚਰਨਾਂ ਉੱਤੇ ਸਿਰ ਰੱਖ ਦੇਵੇ ਅਤੇ ਹੱਥ ਜੋੜ ਕੇ ਮਾਫ਼ੀ ਮੰਗ ਲਵੇ ਅਤੇ ਮਾਤਾ ਸਤਸੰਗ ਜੀ ਐਸੀ ਦਇਆ ਉਹਦੇ ਵਿੱਚ ਹੈ ਕਿ ਸਾਰੀ ਜ਼ਿੰਦਗੀ ਦੇ ਜਿਹੜੇ ਗੁਨਾਹ ਮਾਫ਼ ਕਰ ਦਿੰਦੀ ਹੈ ਇੰਨਾ ਵੱਡਾ ਉਹਦੇ ਅੰਦਰ ਬਲ ਹੈ ਇੰਨੀ ਉਹਦੇ ਵਿੱਚ ਸ਼ਕਤੀ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਨ ਵਿੱਚ ਵਿਚਾਰ ਯਾਦ ਕਰਨੇ ਮਾਂ ਜਿਹੜਾ ਅੰਤ ਸਮਾਂ ਹੁੰਦਾ ਹੈ ਪੁੱਤਰਾਂ ਨੇ ਸੰਭਾਲਣਾ ਹੁੰਦਾ ਹੈ ਮਾਂ ਤੂੰ ਤੇ ਸ਼ਹੀਦ ਬੁਰਜ ਵਿੱਚ ਹੋ ਗਈ। ਸਤਸੰਗ ਜੀ ਕਹਿੰਦੇ ਆਪਣਾ ਦਰਦ ਬੱਚੇ ਨੂੰ ਉਦੋਂ ਹੀ ਦੇਖਦੇ ਜਦੋਂ ਜਨਮ ਹੁੰਦਾ ਹੈ ਫਿਰ ਉਸ ਦਰਦ ਦਾ ਕਦੋਂ ਪਤਾ ਲੱਗਦਾ ਹੈ ਜਦੋਂ ਮਾਂ ਜਾਂਦੀ ਹੈ ਜਦੋਂ ਬੱਚਿਆਂ ਦੀ ਅੱਖਾਂ ਵੇਖੀਆਂ ਅੱਖਾਂ ਵਿੱਚੋਂ ਪਾਣੀ ਸਿੰਮਦਾ ਹੈ। ਕਹਿੰਦੇ ਮਾਂ ਇਹੋ ਜੀ ਹੈ ਜਦੋਂ ਬੱਚੇ ਨੂੰ ਜਨਮ ਦਿੰਦੀ ਉਹਦੇ ਅੰਦਰ ਹੀ ਐਸ ਦਰਦ ਰੱਖ ਦਿੰਦੀ ਕਿ ਪੁੱਤ ਉਦੋਂ ਮੈਨੂੰ ਯਾਦ ਕਰੇਗਾ ਤੈਨੂੰ ਇੱਕ ਸਮੇਂ ਸਮਝ ਆਵੇ ਕਿ ਤੈਨੂੰ ਪਤਾ ਲੱਗੇ ਕਿ ਮਾਂ ਕੀਮਤੀ ਕਿੱਡੀ ਹੈ ਅਤੇ ਆਪ ਸਾਰਿਆਂ ਨੂੰ ਪਤਾ ਅਸੀਂ ਮਾਤਾ ਪਿਤਾ ਵਾਲੇ ਵਾਂ ਜਦੋਂ ਮਾਵਾਂ ਸੰਸਾਰ ਤੋਂ ਜਾਂਦੀਆਂ ਹਨ ਫਿਰ ਵੇਖੋ ਉਸ ਵੇਲੇ ਬੱਚਿਆਂ ਨੂੰ ਪਤਾ ਹੁੰਦਾ ਅੱਖਾਂ ਸਿੰਮਦੀਆਂ ਹਨ ਕਿਉਂਕਿ ਮਾਤਾ ਦਰਦ ਹੀ ਐਸਾ ਬੱਚੇ ਦੇ ਅੰਦਰ ਭਰ ਦਿੰਦੀ ਹੈ ਜਦੋਂ ਮਾਂ ਜਾਣ ਲੱਗਦੀ ਹੈ ਤਾਂ ਸਤਸੰਗ ਅੱਖਾਂ ਤੋਂ ਪਾਣੀ ਵੀ ਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਾਤਾ ਤੇਰੇ ਮੈਂ ਅੰਤ ਸਮੇਂ ਦਰਸ਼ਨ ਨਹੀਂ ਕਰ ਸਕਿਆ ਮੈਂ ਤੈਨੂੰ ਵੇਖ ਨਹੀਂ ਸਕਿਆ ਪਰ ਇਹ ਮਾਂ ਜਿੱਥੇ ਵੀ ਹੋਵੇਂ ਮੈਨੂੰ ਸੀਸ ਦੇਵੇਂ ਭਾਵੇਂ ਸਤਸੰਗ ਗੁਰੂ ਸੀ ਪਰ ਸਾਡੇ ਅੰਦਰ ਸਤਸੰਗ ਉਹਨਾਂ ਨੇ ਬਹੁਤ ਕੁਝ ਭਰਿਆ ਸਾਨੂੰ ਸਮਝਾਇਆ ਕਿ ਮਾਤਾ ਕੀ ਹੁੰਦੀ ਹੈ ਮਾਤਾ ਸਾਨੂੰ ਪਾਲਦੇ ਧਿਆਨ ਦੇਣਾ ਸਤਸੰਗ ਅਵਸਥਾ ਵੇਖੋ ਭਾਵੇਂ ਉਸ ਵੇਲੇ ਸਾਨੂੰ ਨਹੀਂ ਪਤਾ ਲੱਗਦਾ ਕਹਿੰਦੇ ਪਤਾ ਉਦੋਂ ਲੱਗਦਾ ਜਦੋਂ ਆਪਣੇ ਧੀਆਂ ਪੁੱਤਰ ਹੋਣ 'ਤੇ ਪਾਲੀਏ ਅਤੇ ਵੱਡਿਆ ਕਰੀਏ ਫਿਰ ਪਤਾ ਲੱਗਦਾ ਕਿ ਮਾਂ ਨੇ ਮੈਨੂੰ ਕਿਵੇਂ ਪਾਲਿਆ ਸੀ। ਕਹਿੰਦੇ ਜੇ ਮਾਤਾ ਪਿਤਾ ਦੀ ਆਪਾਂ ਸੇਵਾ ਨਹੀਂ ਨਾ ਕੀਤੀ
ਤੇ ਬੰਦੇ ਦੇ ਸਿਰ ਤੇ ਬਹੁਤ ਵੱਡਾ ਕਰਜ਼ਾ ਹੈ, ਇਹ ਵੀ ਬਹੁਤ ਵੱਡਾ ਸਿਰ ਤੇ ਭਾਰ ਹੈ। ਕਹਿੰਦੇ ਜਿਵੇਂ ਮਾਤਾ ਪਿਤਾ ਨੇ ਸਾਨੂੰ ਪਾਲਿਆ, ਉਹਨੇ ਇੱਕ ਆਸ ਰੱਖੀ ਹੈ ਮਨ ਦੇ ਵਿੱਚ, ਦੁੱਖ ਸੁੱਖ ਵੇਲੇ ਸਾਧ ਸੰਗਤ ਕਿੰਨਾ ਕੁਝ ਕਰਦੀ ਹੈ, ਅਤੇ ਸਾਡਾ ਫਰਜ਼ ਹੁੰਦਾ ਕਿ ਅੰਤ ਸਮੇਂ ਉਹਨਾਂ ਨੂੰ ਸੰਭਾਲਣਾ। ਜਿਨ੍ਹਾਂ ਨੇ ਸੇਵਾ ਕਰਨ ਲਈ ਮਾਤਾ ਪਿਤਾ ਦੀ ਸਾਧ ਸੰਗਤ ਜੀ, ਉਹਨਾਂ ਨੇ ਸਿਰ ਤੋਂ ਕਰਜ਼ਾ ਲਾ ਲਿਆ, ਕਿਉਂਕਿ ਜਦੋਂ ਮਾਂ ਜਾਂਦੀ ਹੈ ਸੰਸਾਰ ਤੋਂ, ਪਿਤਾ ਜਾਂਦਾ ਹੈ, ਕੋਈ ਸੀਸ ਦੇ ਕੇ ਜਾਂਦਾ ਹੈ, ਅਤੇ ਸੀਸ ਕਦੋਂ ਦਿੰਦਾ ਹੈ? ਜਦੋਂ ਆਪਾਂ ਉਹਦੀ ਸੇਵਾ ਕਰਾਂਗੇ। ਜੇ ਉਹਨੇ ਪਾਣੀ ਮੰਗਿਆ ਤਾਂ ਸਾਡਾ ਫਰਜ਼ ਹੈ ਉਹਨੂੰ ਪਾਣੀ ਦੇ ਦੇਣਾ। ਜੇ ਉਹਨੇ ਖਾਣ ਵਾਸਤੇ ਚੀਜ਼ ਮੰਗੀ ਜੋ ਉਹਦੇ ਮਨ ਦੀ ਹੈ, ਕਿਉਂਕਿ ਉਹਦਾ ਮਨ ਹੁੰਦਾ ਆਪਣੇ ਬੱਚਿਆਂ 'ਤੇ ਟਿਕਿਆ ਕਿ ਮੇਰੇ ਬੱਚਿਆਂ ਨੇ ਮੈਨੂੰ ਸੰਭਾਲਣਾ ਹੈ, ਅਤੇ ਸਾਧ ਸੰਗਤ ਜੀ ਮਾਂ ਫਿਰ ਸੀਸਾਂ ਦੇ ਕੇ ਜਾਂਦੀ ਹੈ। ਜਦੋਂ ਮਾਤਾ ਮਹਿੰਦਰ ਕੌਰ ਦਾ ਅੰਤ ਸਮਾਂ ਆਇਆ, ਦਾਸ ਵੀ ਕੋਲ ਸੀ, ਸਾਰਾ ਪਰਿਵਾਰ ਬੈਠਾ ਹੈ, ਅਰਦਾਸ ਬੇਨਤੀ ਕੀਤੀ ਹੈ, ਉਸ ਵੇਲੇ ਮਾਤਾ ਨੇ ਵੀ ਹੱਥ ਲਾਇਆ, ਮੈਂ ਹੁਣ ਸੰਸਾਰ ਤੋਂ ਜਾ ਰਹੀ ਹਾਂ। ਸਾਰੇ ਪਰਿਵਾਰ ਨੇ ਸਾਧ ਸੰਗਤ ਜੀ ਅਰਦਾਸ ਬੇਨਤੀ ਕੀਤੀ, ਵੇਖੋ ਸਾਧ ਸੰਗਤ ਜੀ, ਕੋਈ ਵਿਰਲਾ ਹੁੰਦਾ ਹੈ ਬੰਦਾ ਜਦੋਂ ਜਾਣ ਲੱਗਾ ਅਤੇ ਅਰਦਾਸ ਕਰਕੇ ਜਾਂਦਾ ਹੈ, ਇਹ ਕੋਈ ਵਿਰਲਾ ਹੀ ਭਾਗਾਂ ਵਾਲਾ ਹੁੰਦਾ। ਸਾਧ ਸੰਗਤ ਉਸ ਸਮੇਂ ਜਦੋਂ ਮਾਤਾ ਨੇ ਜਾਣਾ ਸੀ, ਮਾਤਾ ਮਹਿੰਦਰ ਕੌਰ ਨੇ, ਸਾਰੇ ਪਰਿਵਾਰ ਨੇ ਸਾਧ ਸੰਗਤ ਜੀ ਪਰਮਾਤਮਾ ਦੇ ਚਰਨਾਂ ਵਿੱਚ ਇਹੀ ਅਰਦਾਸ ਕੀਤੀ, ਹੈ ਪਰਮਾਤਮਾ ਇਹ ਤੇਰਾ ਸੰਸਾਰ ਹੈ, ਦੁੱਖਾਂ ਦੇ ਨਾਲ ਭਰਿਆ ਹੈ, ਜਨਮ ਵੀ ਤੇਰੇ ਹੱਥ ਵਿੱਚ ਹੈ, ਮੌਤ ਵੀ ਤੇਰੇ ਹੱਥ ਵਿੱਚ ਹੈ, ਇਹ ਸਮਾਂ ਇਹੋ ਜਿਹਾ ਬਣ ਗਿਆ ਪਰਮਾਤਮਾ, ਤੂੰ ਆਪਣਾ ਭਾਣਾ ਜੋ ਤੇਰਾ ਹੈ ਵਰਤਾਉਣਾ ਹੈ। ਤੂੰ ਸਾਧ ਸੰਗਤ ਜੀ ਹੈ ਅਤੇ ਪਰਮਾਤਮਾ ਦੇ ਭਾਣੇ ਵਿੱਚ ਸਾਰਾ ਕੁਝ, ਪਰ ਗੁਰੂ ਸਾਹਿਬਾਂ ਨੇ ਸਮਝਾਇਆ, ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਕੀਰਤਨ ਕਰਦੇ ਸਨ ਅਤੇ ਭਾਈ ਮਰਦਾਨਾ ਜੀ ਰਬਾਬ ਜਾਇਆ ਕਰਦੇ ਹਨ, ਅਤੇ ਕਹਿੰਦੇ ਇੱਕ ਦਿਨ ਭਾਈ ਮਰਦਾਨੇ ਦਾ ਅੰਤ ਸਮਾਂ ਆ ਗਿਆ। ਧਿਆਨ ਦੇਣਾ ਸਾਧ ਸੰਗਤ ਜੀ, ਅੰਤ ਸਮਾਂ ਸਾਰਿਆਂ ਦਾ ਆਉਣਾ ਹੈ, ਪਰ ਅਸੀਂ ਕਦੇ ਖਿਆਲ ਨਹੀਂ ਕੀਤਾ, ਇਹਦੇ ਪਾਸੇ ਸੋਚਿਆ ਨਹੀਂ, ਵਿਚਾਰਿਆ ਨਹੀਂ, ਅੰਤ ਸਮਾਂ ਸਾਰਿਆਂ ਦਾ ਆਉਣਾ ਹੈ। ਕਹਿੰਦੇ ਭਾਈ ਮਰਦਾਨੇ ਦਾ ਅੰਤ ਸਮਾਂ ਆ ਗਿਆ। ਕਹਿਣ ਲੱਗ ਜੀ ਦਾ ਵੀ ਅੰਤ ਸਮਾਂ ਜਦੋਂ ਆਇਆ ਸੀ, ਉਹਨਾਂ ਨੇ ਵੀ ਛੇਵੇਂ ਪਾਤਸ਼ਾਹ ਨੂੰ ਆਖਿਆ, ਸੱਚੇ ਪਾਤਸ਼ਾਹ ਮੇਰਾ ਅੰਤ ਸਮਾਂ ਤੁਸਾਂ ਨੇ ਸੰਭਾਲਣਾ, ਜਿਨ੍ਹਾਂ ਨੂੰ ਪਤਾ ਹੈ, ਜਿਨ੍ਹਾਂ ਨੂੰ ਸੋਝੀ ਆ ਜਾਂਦੀ, ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਹੈ। ਕਹਿੰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਬੇਨਤੀ ਕੀਤੀ, ਗੁਰੂ ਨਾਨਕ ਸੱਚੇ ਪਾਤਸ਼ਾਹ ਤੁਹਾਡੇ ਮੈਂ ਨਾਲ ਰਿਹਾ ਵਾਂ, ਬੜੀ ਸੇਵਾ ਕੀਤੀ ਮੈਂ, ਰਬਾਬ ਦੀ ਕੀਰਤਨ ਕੀਤਾ ਤੁਹਾਡੇ ਨਾਲ, ਮੇਰੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਭੁੱਲਣਾ ਹੋਈਆਂ ਹੋਣਗੀਆਂ, ਮੇਰੇ 'ਤੇ ਕਿਰਪਾ ਕਰੋ, ਰਹਿਮਤ ਕਰੋ, ਮੈਨੂੰ ਬਖਸ਼ ਲਓ। ਭਾਈ ਮਰਦਾਨੇ ਦੀ ਅੰਮ੍ਰਿਤ ਵੇਲੇ ਤਿਆਰੀ ਹੋ ਗਈ ਹੈ ਸੰਸਾਰ ਤੋਂ ਜਾਣਾ, ਜਿਨ੍ਹਾਂ ਨੂੰ ਸਮਝ ਆਦੀ, ਜਿਨ੍ਹਾਂ ਨੂੰ ਪਤਾ ਲੱਗ ਜਾਂਦਾ ਕਿ ਹੁਣ ਸੰਸਾਰ ਤੋਂ ਜਾਣਾ ਹੈ, ਉਹ ਫਿਰ ਸਾਧ ਸੰਗਤ ਜੀ ਅਰਦਾਸ ਬੇਨਤੀ ਕਰਕੇ ਜਾਂਦੇ, ਸੱਚੇ ਪਾਤਸ਼ਾਹ ਮੇਰੇ ਜੀਵਨ ਦੇ ਵਿੱਚ ਪਤਾ ਨਹੀਂ ਕਈ ਭੁੱਲਣਾ ਹੋਈਆਂ ਹੋਣਗੀਆਂ, ਅੱਜ ਭਾਈ ਮਰਦਾਨਾ ਗੁਰੂ ਨਾਨਕ ਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸਾਂ ਬੇਨਤੀਆਂ ਕਰਦਾ, ਕਹਿ ਲਾਂਗਾ ਗੁਰੂ ਨਾਨਕ ਸੱਚੇ ਪਾਤਸ਼ਾਹ ਮੈਂ ਸੰਸਾਰ ਤੋਂ ਜਾ ਰਿਹਾ ਵਾਂ, ਅਤੇ ਕਿਰਪਾ ਕਰਿਓ, ਰਹਿਮਤ ਕਰਿਓ। ਉਸ ਵੇਲੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਇੱਕ ਸ਼ਬਦ ਉਚਾਰਨ ਕੀਤਾ, ਉਦੋਂ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸ਼ਬਦ ਉਚਾਰਨ ਕੀਤਾ ਜਦੋਂ ਭਾਈ ਮਰਦਾਨਾ ਸੰਸਾਰ ਤੋਂ ਗਏ, ਅਤੇ ਗੁਰੂ ਨਾਨਕ ਸੱਚੇ ਪਾਤਸ਼ਾਹ ਅੰਦਰੋਂ ਇਹ ਸ਼ਬਦ ਨਿਕਲਿਆ, ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ, ਹਾਂ ਵੀ ਵੰਝਾਂ ਡੁੰਬਣੀ ਰੋਵੇ, ਅਤੇ ਰਾਵਣ ਦਾ ਸੰਸਾਰ ਵਿੱਚ ਕੋਈ ਨਿਸ਼ਾਨ ਨਹੀਂ ਰਹਿੰਦਾ, ਕੋਈ ਪਤਾ ਨਹੀਂ ਲੱਭਦਾ ਘਰ, ਲੰਕਾ ਸਾ ਕੋਟ ਸਮੁੰਦ ਸੀ ਖਾਈ, ਬਹੁਤ ਵੱਡੀ ਉਹਦੀ ਲੰਕਾ ਸੀ, ਕਿਲੇ ਦੀ ਤਰ੍ਹਾਂ ਸੀ, ਚਾਰ ਸਵੇਰੇ ਖਾਈ ਕੱਢੀ ਹੋਈ ਹੈ, ਅਤੇ ਇਹ ਰਾਵਣ ਘਰ ਖਬਰ ਨਾ ਪਾਈ, ਅੱਜ ਵੇਖੋ ਅਤੇ ਉੱਥੇ ਕੁਛ ਵੀ ਨਹੀਂ ਦਿਸ ਰਿਹਾ, ਕੋਈ ਨਿਸ਼ਾਨ ਨਹੀਂ ਲੱਭਦਾ, ਕਿਉਂਕਿ ਸਾਰਾ ਪਰਿਵਾਰ ਸੰਸਾਰ ਤੋਂ ਚਲਾ ਗਿਆ, ਰਾਵਣ ਆਪ ਵੀ ਚਲਾ ਗਿਆ, ਪੁੱਤ ਪੋਤਰੇ ਵੀ ਸੰਸਾਰ ਤੋਂ ਚਲੇ ਗਏ, ਅਤੇ ਭਗਤ ਕਬੀਰ ਸਾਹਿਬ ਜੀ ਸਮਝਾਉਣਾ ਕਰਦੇ, ਵੇਖੋ ਜਿਹੜੀ ਮੌਤ ਹੈ ਇਹ ਅਟਲ ਹੈ, ਕੋਟ ਸਮੁੰਦ ਸੀ ਖਾਈ ਅਤੇ ਰਾਵਣ ਘਰ ਖਬਰ ਨਾ ਪਾਈ, ਫਿਰ ਇੱਥੋਂ ਤੱਕ ਮਹਾਰਾਜ ਕਹਿੰਦੇ ਕਿਆ ਮੰਗੋ ਕਿ ਸਥਿਰ ਨਾ ਰਹਾਈ, ਦੇਖਤ ਨੈਣ ਚਲਿਓ ਜਗ ਜਾਈ। ਕਹਿੰਦੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਆਪਣੀ ਅੱਖਾਂ ਨਾਲ ਵੇਖ ਰਿਹਾ ਵਾਂ, ਬੜਾ ਸੰਸਾਰ ਤੁਰਿਆ ਜਾ ਰਿਹਾ, ਸੰਸਾਰ ਤੋਂ ਬੱਚੇ ਤੋਂ ਲੈ ਕੇ ਬਜ਼ੁਰਗ ਤੱਕ ਮੇਰੇ ਸਾਹਮਣੇ ਮੌਤਾਂ ਹੋ ਰਹੀਆਂ ਹਨ, ਇਹ ਸੰਸਾਰ ਆਵਣ ਜਾਣ ਹੈ,
ਦੇਖਤ ਨੈਣ ਚੱਲਿਓ ਜਗ ਜਾਈ, ਮੈਂ ਆਪਣੇ ਨੈਣਾਂ ਨਾਲ ਅੱਖਾਂ ਨਾਲ ਵੇਖਿਆ ਹੈ ਇਹ ਸੰਸਾਰਾ ਸੰਸਾਰ ਤੁਰਿਆ ਜਾ ਰਿਹਾ। ਰਾਵਣ ਵਰਗੇ ਤੁਰ ਗਏ ਹਨ, ਕਹਿੰਦੇ ਜਿਸ ਰਾਵਣ ਦੇ ਘਰ ਚੰਦ ਸੂਰ ਜਾ ਕੇ ਤਬ ਤਰਸੂਈ ਭੱਠੀਆਂ ਲੰਗਰ ਚੱਲਣੇ ਸ਼ੁਰੂ ਹੋ ਜਾਂਦੇ ਸਨ। ਚੰਦ ਸੂਰ ਜਾ ਕੇ ਤਬ ਤਰਸੋਈ ਬਸੰਤਰ ਜਾ ਕੇ ਕੱਪੜੇ ਧੋਈ ਕਿ ਇੰਨੇ ਜ਼ਿਆਦਾ ਉਹਨਾਂ ਦੇ ਘਰ ਵਿੱਚ ਸਾਜੋ ਸਮਾਨ ਸੀ, ਉਹਨਾਂ ਦਾ ਸਾਧ ਸੰਗ ਕੱਪੜੇ ਲੀੜਾ ਇੰਨਾ ਜ਼ਿਆਦਾ ਸੀ ਕਿ ਸਾਧ ਸੰਗ ਜੀ ਉਹਦੇ ਘਰ ਭੱਠੀਆਂ ਚੜ੍ਹੀਆਂ ਰਹਿੰਦੀਆਂ ਸਨ। ਚੰਦ ਸੂਰ ਜਾ ਕੇ ਤਬ ਤਰਸੋਈ ਬਸੰਤਰੀ ਵਿੱਚ ਬੈਠੇ ਸਾਂ, ਪਹੁੰਚ ਚੁੱਕੇ ਹਨ ਸ਼ਬਦ ਤੋਂ ਬਾਅਦ ਸਾਸ ਤੇ ਰਾਵਣ ਤਾਰ ਖਬਰ ਨ ਪਾਈ ਲੰਕਾ ਸਾ ਕੋਟ ਸਮੁੰਦ ਸੀ ਖਾਈ ਕਿਆ ਮੰਗੋ ਕਿਛ ਥਿਰ ਨ ਰਹਾਈ ਦੇਖਤ ਨੈਣ ਚੱਲਿਓ ਜਗ ਜਾਈ ਕਿਆ ਮੰਗੋ ਥਿਰ ਨਾ ਰਹਾਈ ਦੇਖਤ ਨੈਣ ਚੱਲਿਓ ਜਗ ਜਾਈ ਦੇਖਤ ਨੈਣ ਚੱਲਿਓ ਜਗ ਜਾਈ ਲੰਕਾ ਸਾ ਕੋਟ ਸਮੁੰਦ ਸੀ ਖਾਈ ਲੰਕਾ ਸਾ ਕੋਟ ਸਮੁੰਦ ਸਿਖਾਈ ਤੇ ਰਾਵਣ ਕਰ ਖਬਰ ਨ ਪਾਈ ਤੇ ਰਾਵਣ ਕਰ ਖਬਰ ਨ ਪਾਈ ਲੰਕਾ ਸਾ ਕੋਟ ਸਮੁੰਦ ਸਿਖਾਈ ਇੱਕ ਲੱਖ ਪੂਤ ਸਵਾ ਲੱਖ ਨਾਤੀ ਤੇ ਰਾਵਣ ਕਰ ਦੀਆ ਨਬਾਤੀ ਤੇ ਰਾਵਣ ਕਰ ਦੀਆ ਨਬਾਤੀ ਤੇ ਰਾਵਣ ਕਰ ਦੀਆ ਨਬਾਤੀ ਲੰਕਾ ਸਾ ਕੋਟ ਸਮੁੰਦ ਸੀ ਖਾਈ ਲੰਕਾ ਸਾ ਕੋਟ ਸਮੁੰਦ ਸਿਖਾਈ ਤੇ ਰਾਵਣ ਕਰ ਖਬਰ ਨ ਪਾਈ ਤੇ ਰਾਵਣ ਕਰ ਖਬਰ ਨ ਪਾਈ ਲੰਕਾ ਸਾ ਕੋਟ ਸਮੁੰਦ ਸਿਖਾਈ ਚੰਦ ਸੂਰਜ ਜਾ ਕੇ ਤਪ ਤਰਸੋਈ ਬਸੰਤਰ ਜਾ ਚੰਦ ਸੂਰਜ ਜਾ ਕੇ ਤਪ ਤਰਸੋਈ ਬਸੰਤਰ ਜਾ ਕੇ ਕੱਪੜੇ ਧੋਈ ਬਸੰਤਰੀ ਲੰਕਾ ਸਾ ਕੋਟ ਸਮੁੰਦ ਸਿਖਾਈ ਲੰਕਾ ਸਾ ਕੋਟ ਸਮੁੰਦ ਸਿਖਾਈ ਤੇ ਰਾਵਣ ਕਰ ਖਬਰ ਨ ਪਾਈ ਤੇ ਰਾਵਣ ਕਰ ਖਬਰ ਨ ਪਾਈ ਲੰਕਾ ਸਾ ਕੋਟ ਸਮੁੰਦ ਸਿਖਾਈ ਲੰਕਾ ਸਾ ਕੋਟ ਸਮੁੰਦ ਸਿਖਾਈ ਗੁਰਮਤਿ ਰਾਮੇ
नाम बसाई अस्थिर रहे ना कतू जाई गुरमत राम लंका सा कूट समुंद सीखाई रावण कर खबर न पाई रावण कर दिया न बाती रावण कर दिया न बाती लंका सा कूट समुंद सीखाई लंका सा कूट समुंद कर खबर न पाई जाके तपतर सोई बसंतर जाके कपरे तोई बसंतर जाके कपरे तोई लंका सा कूट समुंद सीखाई लंका सा कूट समुंद सीखाई रावण कर खबर न पाई से रावण कर खबर न पाई राम नाम बिन मुक्त न होई कैतिक वीर सुनो रे लोई राम नाम बिना मुक्त न होई राम नाम बिना मुक्त न होई लंका सा कूट समुंद सीखाई लंका सा कूट समुंद सीखाई रावण कर खबर न पाई ते रावण कर खबर न पाई एक लख पूत सवा लख नाती एक लख पूत सवा लख नाती ते रावण कर लंका सा कूट समुंद सीखाई ते रावण कर खबर न पाई ते रावण कर खबर न पाई जिन जियो दिया सूर्य के अंबरावे सब कट पीतर हाड चलावे सब कट पीतर कर बंदगी छाड़ मैं मेरा कर बंदगी छाड़ मैं मेरा हिरदे नाम समार सवेरा हिरदे नाम समार सवेरा
Yeah.
तेरे भजन ते मेरे पैर पद पावे Thank you.
चिर साथी नाल जा साथी उठी चलने आ जा साथी उठी चलने आ तन ठाकुर Thank you.
ज्ञानी जीवे सदा सदा सुरति ही पत होए सुरति ही पत होए सुरति ही पत होए बिन पूछया ही ले जाए बिन पूछया ही ले जाए बिन पूछया ही ले जाए बिन पूछया ही सरफे सरफे सदा सदा एवे गई नानक किसनु आखिए बिन पूछया ही ले जाए 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 बहुत ही प्यार वाले निघे सुभाव वाले माता महेंद्र कौर जी दित्ते हुए श्वासां दी पूंजी नूं भोगदे हुए इस संसार तों शरीर करके चले गए ने बिन पुछियां ही लै जाए किसी नूं छोटी उम्र च लै जांदा है किसी नूं जवानी च चाहे बढ़ेपा भी आ जाता है हूँ प्रिंस वीर जी दस रहे थे कहते भी पता भी नहीं भी चलते फिरते भी इदा हो जाना साढ़े दादी जी चले जाने ने कई गलों का जड़िया गलों का सानू नहीं चेता हों पता नहीं हों रब न पता हों हरेक जीव अपने इस संसार के बच्चों के अपने काम कार विच लगा है रुझिया होया फरीदा दरियावे कन्ने बगला बैठा केल करे दे हंज नूं अचिंते बाज पे तिस रब दे केलां विसरियां जिहड़ी गल दा चेता चेता नहीं सी जो मन चित न चेते सन सो गाली रब की वह गल्लां रब ने कर दित्तियां जिहड़ियां पता नहीं पर जाना इत्थों संसारियां नहीं है उसने कदों लै जाना है जिवें जिमीदार फसल बीजदा है कच्ची वढ लवे पक्की वढ लवे कोई कहण वाला नहीं जे कोई कवे तो कहिंदे तू कौन मालक है वढ लईए संसार ते असीं जो कुछ तक रहे इहदा मालक इक है
ਉਹਦਾ ਦਿਲ ਕਰਦਾ ਕਿਸੇ ਨੂੰ ਜਵਾਨੀ ਚ ਲੈ ਜਾਵੇ, ਬੁਢੇਪੇ ਚ ਲੈ ਜਾਵੇ। ਪਰ ਇਸ ਸੰਸਾਰ ਵਿੱਚ ਰਹਿੰਦੀਆਂ ਕੁਝ ਰਿਸ਼ਤੇ ਨਾਤੇ ਆ, ਬਾਪ ਦਾ ਰਿਸ਼ਤਾ ਹੈ, ਮਾਂ ਦਾ ਰਿਸ਼ਤਾ ਹੈ, ਚਾਚੇ ਤਾਇਆਂ ਦਾ ਰਿਸ਼ਤਾ ਹੈ, ਫੁੱਫੜ ਦਾ ਹੈ, ਮਾਮੇ ਮਾਸੀਆਂ ਦਾ ਹੈ, ਅਤੇ ਕੁਝ ਰਿਸ਼ਤਿਆਂ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਬਾਣੀ ਵਿੱਚ ਕਰ ਦਿੱਤਾ। ਇਹ ਰਿਸ਼ਤੇ ਸਾਰੇ ਆਪੋ ਆਪਣੀ ਜਗ੍ਹਾ ਅਹਿਮੀਅਤ ਰੱਖਦੇ ਨੇ, ਚਾਚੇ ਤਾਇਆਂ ਦਾ, ਮਾਮੇ ਮਾਸੀਆਂ ਦਾ। ਪਰ ਭਾਈ ਗੁਰਦਾਸ ਜੀ ਕਹਿੰਦੇ ਵੀ ਜਿਹੜਾ ਮਾਂ ਵਾਲਾ ਰਿਸ਼ਤਾ ਹੈ ਨਾ, ਬੇਸ਼ੱਕ ਮਾਮੇ ਅਤੇ ਮਾਸੀ ਇੱਕੋ ਹੀ ਮਾਂ ਦੇ ਪੇਟ ਚੋਂ ਜਾਏ ਆ, ਪਰ ਮਾਂ ਵਾਲੀ ਜਗ੍ਹਾ ਤੇ ਕਹਿੰਦੇ ਮੈਂ ਇਹਨਾਂ ਨੂੰ ਨਹੀਂ ਰੱਖ ਸਕਦਾ। ਮਾਂ ਹੇਤ ਨਾ ਪੂਜਨੀ, ਹੇਤ ਨਾ ਮਾਮੇ ਮਾਸੀ ਜਾਏ, ਮਾਂ ਦੇ ਬਰਾਬਰ ਮੈਂ ਕਿਸੇ ਨੂੰ ਜਗ੍ਹਾ ਦੇ ਹੀ ਨਹੀਂ ਸਕਦਾ, ਚਾਹੇ 100 ਸਾਲ ਦੀ ਹੋਵੇ। ਮਾਂ ਮਾਂ ਹੀ ਹੁੰਦੀ ਹੈ, ਜਿਹਨਾਂ ਬੱਚਿਆਂ ਕੋਲ ਜਾਂਦੀ ਹੈ। ਬੇਸ਼ੱਕ ਕਈ ਵਾਰ ਜਿੱਦਾਂ ਹੁਣ ਦੱਸਣ ਦੇ ਸੀ ਵੀ 90 ਸਾਲ ਦੇ ਹੋ ਕੇ ਗਏ ਮਾਤਾ ਜੀ, ਅਤੇ ਉਹਨਾਂ ਦੇ ਬੱਚੇ ਵੀ ਅੱਗੋਂ ਜਵਾਨ ਹੋ ਜਾਂਦੇ ਨੇ, ਬੁਢੇਪੇ ਵਿੱਚ ਆ ਜਾਂਦੇ ਨੇ, ਪਰ ਮਾਂ ਨੂੰ ਉਹ ਨਿਆਣੇ ਹੀ ਲੱਗਦੇ ਨੇ, ਉਹਨੂੰ ਬੱਚੇ ਹੀ ਲੱਗਦੇ ਨੇ। ਜਿਹਨਾਂ ਬੱਚਿਆਂ ਕੋਲੋਂ ਮਾਂ ਜਾਂਦੀ ਹੈ ਉਹਨਾਂ ਨੂੰ ਪਤਾ ਹੈ। ਜਦੋਂ ਘਰ ਦੇ ਵਿੱਚੋਂ ਕੋਈ ਬਜ਼ੁਰਗ ਜਾਂਦਾ ਹੈ ਤਾਂ ਸਾਡਾ ਦਿਲ ਕਰਦਾ ਹੈ ਸਾਰਿਆਂ ਦਾ ਵੀ ਆਪਣੇ ਬਜ਼ੁਰਗਾਂ ਲਈ ਕੁਝ ਕੀਤਾ ਜਾਵੇ। ਕਈ ਲੋਕ ਕਰਦੇ ਵੀ ਕੋਈ ਗੇਟ ਬਣਾ ਦਿੰਦਾ, ਕੋਈ ਕੁਝ ਕਰ ਦਿੰਦਾ ਹੈ, ਦਿਲ ਕਰਦਾ ਵੀ ਜਿਹੜਾ ਉਹਨੂੰ ਮਿਲੇ, ਪੁੱਛਿਆ ਸਤਿਗੁਰੂ ਜੀ ਨੂੰ ਵੀ ਆਹ ਮਿਲ ਜੂਗਾ ਕੁਝ ਜੋ ਕਰਨ ਲੱਗੇ ਹੈ। ਸਤਿਗੁਰਾਂ ਨੇ ਸਾਫ ਇਨਕਾਰ ਕਰ ਦਿੱਤਾ, ਕਹਿੰਦੇ ਜੋ ਤੂੰ ਅੱਖਾਂ ਨਾਲ ਤੱਕਣ ਵਾਲੀ ਵਸਤੂ ਹੈ ਇਹ ਗਏ ਹੋਏ ਜੀਵ ਨੂੰ ਕੁਝ ਨਹੀਂ ਮਿਲਣ ਵਾਲਾ, ਇੱਥੇ ਕੰਮ ਆ ਸਕਦਾ। ਪਰ ਦਿਲ ਕਰਦਾ ਹੈ ਸਤਿਗੁਰੂ ਜੀ ਕੁਝ ਹੈ ਖਜ਼ਾਨਾ ਜਿਹੜਾ ਅਸੀਂ ਇਕੱਠਾ ਕਰ ਲਈਏ। ਸਤਿਗੁਰੂ ਜੀ ਕਹਿੰਦੇ ਇੱਕ ਖਜ਼ਾਨਾ ਹੈ ਜਿਹੜਾ ਤੂੰ ਪਰਿਵਾਰ ਨਾਲ ਮਿਲ ਕੇ, ਸੰਗਤਾਂ ਨਾਲ ਮਿਲ ਕੇ ਇਕੱਠਾ ਕਰਕੇ ਆਪਣੇ ਬਜ਼ੁਰਗਾਂ ਦੇ ਭਲੇ ਲਈ ਵੀ ਅਤੇ ਆਪਣੀ ਰੂਹ ਦੇ ਭਲੇ ਲਈ ਤੂੰ ਕਰ ਸਕਦਾ। ਉਹ ਕਿਹੜਾ? ਜਿਸ ਸਿਮਰਤ ਸਭ ਕਿਲ ਵਿਖ ਨਾਸੈ, ਪਿਤਰੀ ਹੋਏ ਉਧਾਰੋ। ਜਿਸ ਦੇ ਸਿਮਰਨ ਕਰਨ ਦੇ ਨਾਲ, ਬਾਣੀ ਪੜ੍ਹਨ ਦੇ ਨਾਲ ਪਿੱਤਰਾਂ ਦਾ ਉਧਾਰ ਹੁੰਦਾ। ਸਤਿਗੁਰੂ ਜੀ ਕਹਿੰਦੇ ਉਹ ਬੈਠ ਕੇ ਉਹਦੀ ਯਾਦ ਵਿੱਚ ਕਰ। ਜਦੋਂ ਵੀਰਾਂ ਨੇ ਫੋਨ ਕੀਤਾ ਆਪਣੇ ਸੁਣਾ ਨੇ, ਕਹਿੰਦੇ ਭਾਈ ਸਾਹਿਬ ਸਾਡੇ ਦਾਦੀ ਦੀ ਯਾਦ ਵਿੱਚ ਸਾਨੂੰ ਲੰਬਾ ਸਮਾਂ ਬੈਠ ਕੇ ਕੀਰਤਨ ਸੁਣਾਓ। ਇਹੀ ਤਾਂ ਖਜ਼ਾਨਾ ਹੈ, ਇਹ ਖਜ਼ਾਨਾ ਹੈ ਉਹਦੀ ਯਾਦ ਵਿੱਚ ਬੈਠ ਕੇ ਕੀਰਤਨ ਕਰਨਾ, ਬਜ਼ੁਰਗਾਂ ਦੀ ਯਾਦ ਵਿੱਚ। ਜਿੱਥੇ ਮਾਤਾ ਜੀ ਦਾ ਅਸੀਂ ਜਿਉਂਦਿਆਂ ਜੀ ਸਤਿਕਾਰ ਕਰਦੇ ਹਾਂ, ਉਹਨਾਂ ਨੂੰ ਸਤਿਕਾਰ ਦਿੰਦੇ ਹਾਂ, ਬਾਣੀ ਪੜ੍ਹਦੇ ਹਾਂ, ਆਪਾਂ ਬਾਅਦ ਵਿੱਚ ਵੀ ਕੁਝ ਕਰਨਾ ਹੈ, ਉਹਨਾਂ ਦੀ ਯਾਦ ਵਿੱਚ ਬੈਠ ਕੇ ਸਿਮਰਨ ਕਰਨਾ, ਬਾਣੀ ਪੜ੍ਹਨੀ ਹੈ, ਸਾਡੀ ਰੂਹ ਦਾ ਵੀ ਭਲਾ ਹੁੰਦਾ। ਸੋ ਆਪ ਸਭ ਸੰਗਤਾਂ ਨੇ ਬੜੇ ਪਿਆਰ ਨਾਲ ਬੈਠੇ ਹੋ, ਅਸੀਂ ਜਿਹੜਾ ਸਬਜੈਕਟ ਸੀ ਬੈਰਾਗ ਦਾ ਹੀ ਛੋਇਆ ਸੀ, ਪਰ ਵੀਰ ਕਹਿੰਦੇ ਵੀ ਕੁਝ ਸ਼ਬਦ ਸਾਡੇ ਦਾਦੀ ਜੀ ਉਮਰ ਭੋਗ ਕੇ ਗਏ, ਕੋਈ ਗੱਲ ਨਹੀਂ, ਤੁਸੀਂ ਬਾਣੀ 'ਚੋਂ ਸਾਰੇ ਸ਼ਬਦ, ਮਹਾਰਾਜ ਦੀ ਬਾਣੀ ਸਾਰੀ ਬੈਰਾਗ ਮਈ, ਕਿਤਿਓਂ ਵੀ ਸ਼ਬਦ ਨੂੰ ਪੜ੍ਹ ਲਈਏ, ਅਨਮੋਲ ਰਤਨ ਹੈ ਸਾਹਿਬ ਮੇਰਾ ਨੀਤ ਨਾ ਸਦਾ ਸਦਾ। ਜਿਸ ਗੁਰੂ ਕੋਲ ਬੈਠੇ ਹਾਂ ਇਹ ਇੱਕ ਗੁਰੂ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ। ਮੇਰੇ ਵਰਗਾ ਕੋਈ ਲੱਖ ਪਹਿਰਾਵਾ ਪਾ ਕੇ ਖੜਾ ਹੋ ਕੇ ਲੋਕਾਂ ਨੂੰ ਧੋਖਾ ਦੇ ਸਕਦਾ? ਲੋਕ ਇਹ ਕਹਿ ਸਕਦੇ ਵੀ ਇਹਦੇ ਵਰਗਾ ਕੋਈ ਸਿਮਰਨ ਅਭਿਆਸੀ ਨਹੀਂ, ਇਹਦੇ ਵਰਗਾ ਕੋਈ ਜਪੀ ਤਪੀ ਨਹੀਂ। ਸਤਿਗੁਰੂ ਕਹਿੰਦੇ ਮੈਨੂੰ ਪਤਾ ਹੈ ਤੂੰ ਕ੍ਰੋਧੀ ਹੈ, ਤੂੰ ਲੜਾਕੂ ਹੈ, ਤੂੰ ਝਗੜਾਲੂ ਹੈ, ਤੂੰ ਤੇ ਜੇ ਲੜਦਾ ਲੋਕਾਂ ਨਾਲ, ਕਿਉਂਕਿ ਕਿਤੇ ਬਾਹਰ ਥੋੜ੍ਹਾ ਹੈ, ਘੱਟ ਹੀ ਅੰਦਰ ਸਾਡੇ ਅੰਦਰ ਉਹ ਰੱਬ ਬੈਠਾ, ਅਤੇ ਸਾਨੂੰ ਵੀ ਪਤਾ ਲੱਗਦਾ ਵੀ ਅਸੀਂ ਅਜੇ ਲੜਾਕੂ ਹਾਂ ਕਿ ਝਗੜਾਲੂ। ਜਿਹਨੂੰ ਪਤਾ ਲੱਗਣ ਲੱਗ ਪਵੇ ਬਈ ਬੜੀ ਵੱਡੀ ਗੱਲ ਹੈ ਵੀ ਮੈਂ ਲੜਦਾ, ਪਹਿਲੀ ਗੱਲ ਤਾਂ ਲੱਗਦਾ ਹੀ ਨਹੀਂ, ਦਿਖਦਾ ਨਹੀਂ ਅਸੀਂ ਕਿ ਲੜਾਕੂ ਹਾਂ। ਜਿਹਨੂੰ ਪਤਾ ਲੱਗਣ ਲੱਗ ਪਵੇ ਫਿਰ ਉਹਦਾ ਇਲਾਜ ਵੀ ਹੋ ਜਾਂਦਾ, ਜੇ ਬਿਮਾਰੀ ਦਾ ਪਤਾ ਲੱਗਣ ਲੱਗ ਪਵੇ ਭਈ ਮੈਨੂੰ ਕ੍ਰੋਧ ਆਉਂਦਾ, ਮੈਂ ਲੜਾਈ ਕਰਦਾ ਲੁਜਿਆਂ ਨਾਲ ਝਗੜਦਾ, ਅਤੇ ਫਿਰ ਸਤਿਗੁਰੂ ਕਹਿੰਦੇ ਆ ਤੇਰਾ ਇਲਾਜ ਕਰਾਂ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਡਾਏ, ਦੇਹੀ ਰੋਗ ਨਾ ਲੱਗੀ ਪੱਲੇ ਸਭ ਕੁਛ ਪਾਏ, ਘੱਟ ਘੱਟ ਕੇ ਅੰਤਰ ਕੀ। ਉਹ ਜਾਣਦਾ ਹੈ ਬਿਨ ਬੋਲਿਆਂ ਸਭ ਕੁਛ, ਜਾਣਦਾ ਕਿਸ ਆਗੇ ਕੀਚੇ ਅਰਦਾਸ।
ਇਸ ਗੁਰੂ ਅੱਗੇ ਤੇ ਬੋਲਣ ਦੀ ਵੀ ਲੋੜ ਨਹੀਂ, ਪਿਆਰ ਵਿੱਚ ਸੀਸ ਝੁਕਾਉਣ ਦੀ ਲੋੜ ਨਹੀਂ। ਤੇ ਨਾਲ ਸਤਿਗੁਰਾਂ ਨੇ ਇਹ ਵੀ ਕਿਹਾ, ਫਿਰ ਕਹਿੰਦੇ ਪਤਾ ਲੱਗ ਗਿਆ ਵੀ ਇਹ ਦਿਲਾਂ ਦੀਆਂ ਜਾਣਦਾ ਹੈ। ਕਹਿੰਦੇ ਹਾਂਜੀ। ਕਹਿੰਦੇ ਫਿਰ ਅੱਜ ਗੱਲ ਤੋਂ ਧਿਆਨ ਰੱਖੀ, ਕਿਸ ਆਗੇ ਕੀਚੀ ਅਰਦਾਸ, ਇਹਦਾ ਮਤਲਬ ਵੀ ਕਿਸ ਆਗੇ ਦਾ, ਹੋਰ ਕਿਤੇ ਨਹੀਂ ਕਰਨਾ। ਜਿੱਦਾਂ ਕਿਸੇ ਨੂੰ ਆਵਾਜ਼ ਮਾਰ ਕੇ ਕਿੱਥੇ, ਸਤਿਗੁਰੂ ਜੀ ਕਹਿੰਦੇ ਹੁਣ ਨਿਰੰਕਾਰ ਅੱਗੇ ਰੱਬ ਅੱਗੇ ਮੱਥਾ ਟੇਕਦਾ ਹੀ ਕਿਸ ਆਗੇ, ਹੁਣ ਜਗ੍ਹਾ ਜਗ੍ਹਾ ਜਾ ਕੇ ਮੱਥੇ ਨਾ ਟੇਕਦਾ ਨਹੀਂ, ਇਹਦਾ ਅਰਥ ਹੈ। ਕਿਸ ਆਗੇ, ਕਿੱਥੇ ਅਰਦਾਸ ਕਰਨੀ ਹੁਣ, ਰੱਬ ਅੱਗੇ ਤੇ ਕਰ ਦਿੱਤੀ ਹੈ। ਸੋ ਵੀਰਾਂ ਦੀ ਭਾਵਨਾ ਸੀ ਵੀ ਇਹ ਸ਼ਬਦ ਸਾਡੀ ਦਾਦੀ ਜੀ ਦੀ ਯਾਦ ਵਿੱਚ ਸ਼ਰਧਾ ਦੇ ਫੁੱਲ ਭੇਂਟ ਵਜੋਂ ਗਾਇਨ ਕੀਤਾ ਜਾਵੇ। ਸੋ ਆਓ ਪ੍ਰੇਮ ਦੇ ਵਿੱਚ, ਤੁਸੀਂ ਸਾਰਿਆਂ ਨੇ ਸੁਣਿਆ ਹੋਇਆ ਹੈ, ਕੋਸ਼ਿਸ਼ ਕਰੋ ਆਪੋ ਆਪਣੀ ਰਸਨਾ ਤੋਂ ਗਾਇਨ ਕਰਿਓ। ਹਰ ਕਾ ਨਾਮ ਹਿਰਦੇ ਨਿਤ ਧਿਆਈ, ਸਤਿਗੁਰੂ ਜੀ ਕੀ ਹੋਏਗਾ, ਕਹਿੰਦੇ ਸੰਗੀ ਸਾਥੀ ਸਗਲ ਪਰਾਈ, ਤੇਰੇ ਕੋਲ ਬੈਠੇ ਸੰਗੀ ਸਾਥੀ ਦੀ ਤਰ ਜਾਣਗੇ ਜਦੋਂ ਤੂੰ ਆਪਣੀ ਰਸਨਾ ਤੋਂ ਗਾਇਨ ਕਰੇਗਾ। ਵਿਣ ਬੋਲਿਆ ਸਭ ਕੁਝ ਜਾਣਦਾ, ਵਿਣ ਬੋਲਿਆ ਸਭ ਕੁਝ ਜਾਣਦਾ, ਇਸ ਆਗੇ ਕੀਚੇ ਅਰਦਾਸ, ਇਸ ਆਗੇ ਕੀ ਚਿਆਰ ਦਾਸ
ਛੋਟਾ ਮੋਟਾ ਦੁੱਖ ਆ ਜਾਵੇ ਜੇ ਕਿੱਧਰੇ ਕੋਈ ਹੋਰ ਜੀਵ ਬਿਮਾਰ ਹੋ ਜਾਵੇ ਤਾਂ ਕਈ ਵਾਰ ਭੈਣਾਂ ਕਹਿ ਦਿੰਦੀਆਂ ਵੀ ਕੁਝ ਘਰ 'ਚ ਗੜਬੜ ਲੱਗਦੀ ਹੈ, ਮੱਝ ਵੀ ਨਾਲ ਹੀ ਬਿਮਾਰ ਹੋ ਗਈ, ਅਤੇ ਕਈ ਤਾਂ ਭੈਣਾਂ ਹੋਰ ਡਰਾ ਦਿੰਦੀਆਂ ਵੀ ਤੇਰੇ ਘਰ ਰੋਗਾਂ ਨੇ ਡੇਰਾ ਬਣਾ ਲਿਆ। ਪੁੱਛੀਏ ਪੰਚਮ ਪਾਤਸ਼ਾਹ ਨੂੰ, ਸਤਿਗੁਰੂ ਜੀ ਇਹ ਡੇਰਾ ਕਿਵੇਂ ਭੱਜੇਗਾ?
ਸਤਿਗੁਰਾਂ ਨੇ ਇਲਾਜ ਦੱਸਿਆ, ਦੁੱਖ ਰੋਗ ਕਾ ਡੇਰਾ ਭੰਨਾ ਪਰਮੇਸ਼ਰ ਦਿੱਤਾ, ਬੰਨਾ ਦੁੱਖ ਰੋਗ ਕਾ ਡੇਰਾ ਕਿਵੇਂ ਬੰਨ ਲੱਗ ਜਾਂਦਾ ਜੀ? ਤੁਰਕੀ ਬਾਣੀ ਆਈ ਤਿੰਨ ਸਗਲੀ, ਜਿਹਨਾਂ ਦੇ ਘਰਾਂ ਦੇ ਅੰਦਰ ਜਪਿਆ ਜਾਂਦਾ ਜੀ ਸਤਨਾਮ ਸ੍ਰੀ ਵਾਹਿਗੁਰੂ, ਸਤਿਗੁਰੂ ਜੀ ਕਹਿੰਦੇ ਸਾਰੇ ਡੇਰੇ ਹੀ ਭੱਜ ਹੀ ਜਾਂਦੇ। ਦੁੱਖ ਲੱਗਣਾ ਤੇ ਬੜੀ ਦੂਰ ਦੀ ਗੱਲ, ਲਾਗੇ ਹੀ ਨਹੀਂ ਆਉਂਦਾ। ਹਰ ਕੀਰਤਨ ਸੁਣੇ ਹਰ ਕੀਰਤਨ ਗਾਵੇ, ਤਿਸ ਜਨ ਦੁੱਖ ਨਿਕਟ ਨਾ, ਲਾਗੇ ਹੀ ਨਹੀਂ ਆਉਂਦਾ। ਜਿਹੜੇ ਪਿਆਰ ਵਿੱਚ ਕੀਰਤਨ ਨੂੰ ਸੁਣਦੇ ਨੇ ਗਾਉਂਦੇ ਨੇ, ਸਤਿਗੁਰਾਂ ਨੇ ਮੋਹਰ ਹੀ ਲਾਤੀ, ਕਹਿੰਦੇ ਲਿਆਓ ਜੇ ਪਿਆਰ ਵਿੱਚ ਕਰੋਗੇ ਨਾ ਤੇ ਦੁੱਖ ਤੇ ਲਾਗੇ ਹੀ ਨਹੀਂ ਆਉਣਾ, ਲੱਗਣਾ ਤੇ ਬੜੀ। ਸੋ ਪ੍ਰੇਮ ਦੇ ਵਿੱਚ ਸਾਰਿਆਂ ਨੇ ਇਹ ਸ਼ਬਦ ਗਾਇਨ ਕਰਕੇ ਫਿਰ ਜਿਵੇਂ ਹੁਕਮ ਹੋਏਗਾ ਫਿਰ ਕੀਰਤਨ ਦੀ ਸਮਾਪਤੀ ਕੀਤੀ ਜਾਵੇਗੀ। ਹਰ ਨਾਨਕ
सब सिखन को हुकम है गुरु मान्यो ग्रंथ आज्ञा पई अकाल की तबे चिल्लायो पंथ सब सिखन को हुकम है गुरु मान्यो ग्रंथ सब सिखन को हुकम है गुरु मान्यो ग्रंथ सब सिखन को हुकम है गुरु मान्यो ग्रंथ गुरु ग्रंथ जी मान्यो प्रगति गुरा की दे जो प्रभु को मिल बोच है शब्द में ले शब्द में ले गुरु ग्रंथ जी मान प्रगट गुरा दे जो प्रभु को मिल बोच है हो जिस शब्द में ले सब सिखन को हुकम है गुरु मान्यो ग्रंथ सब सिखन को हुकम है गुरु मान्यो ग्रंथ राज करेगा खालसा आकी रहे न कोए ख्वार होए सब मिलेंगे बच्चे शरण जो होए बच्चे शरण जो होए हाँ राज करेगा खालसा आकी रहे न कोए ख्वार होए सब मिलेंगे बच्चे शरण जो होए सब सिखन को हुकम है गुरु मान्यो ग्रंथ सब सिखन को हुकम है गुरु मान्यो ग्रंथ आज्ञा पई अकाल की तबे चलायो पंथ सब सिखन को हुकम है गुरु मान्यो ग्रंथ सब सिखन को हुकम है गुरु मान्यो ग्रंथ सब सिखन को हुकम है गुरु मान्यो ग्रंथ अवतार जगमग ज्योत विराज ही श्री गुरु ग्रंथ मजार श्री गुरु ग्रंथ मजार सो दर्शियो चह गुरु को सो दर्स गुरु ग्रंथ पढ़ सुने सारथ लगे परमारथ को अंत परमारथ को वाहिगुरु गुर ग्रंथ जी उबै जगा जो श्रद्धा सेव
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕੀ ਫਤਿਹ ਫਤਿਹ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਸਭ ਸਿੱਖਣ ਕੋ ਹੁਕਮ ਹੈ ਮਾਤਾ ਮਹਿੰਦਰ ਕੌਰ ਜੀ ਪਤਨੀ ਲੇਟ ਸਰਦਾਰ ਕਸ਼ਮੀਰ ਸਿੰਘ ਰੰਧਾਵਾ ਜੀ ਉਹਨਾਂ ਦੀ ਮਿੱਠੀ ਪਿਆਰੀ ਯਾਦ ਵਿੱਚ ਸਤਿਗੁਰਾਂ ਦੀ ਲਾਖੀ ਬਾਣੀ ਦਾ ਕੀਰਤਨ ਕਹਿਤ ਕਬੀਰ ਸੁਣੋ ਰੇ ਸੰਤੋ ਖੇਤ ਹੀ ਕਰੋ ਨਿਬੇਰਾ ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨਾ ਪਾਵੇ ਸਤਿਗੁਰੂ ਜੀ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਕਮਲਾਂ ਵਿੱਚ ਦੀਵ ਨਿਵਾਸ ਬਖਸ਼ਣਾ ਪਿੱਛੋਂ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸੋ ਬਹੁਤ ਸਾਰੀਆਂ ਸੰਗਤਾਂ ਦੂਰੋਂ ਨੇੜਿਓਂ ਚੱਲ ਕੇ ਪਰਿਵਾਰ ਦੇ ਪ੍ਰੇਮ ਦੇ ਵਿੱਚ ਪਹੁੰਚੀਆਂ ਨੇ ਉਹਨਾਂ ਦੇ ਸਾਰੇ ਪਰਿਵਾਰ ਵੱਲੋਂ ਮਾਤਾ ਜੀ ਦੇ ਬੱਚਿਆਂ ਵੱਲੋਂ ਸਰਦਾਰ ਦਰਸ਼ਨ ਸਿੰਘ ਰੰਧਾਵਾ ਜਸਵੰਤ ਸਿੰਘ ਰੰਧਾਵਾ ਅਤੇ ਕੁਲਦੀਪ ਰੰਧਾਵਾ ਜੀ ਅਤੇ ਗਾਂ ਅਗੋਨਾ ਦੇ ਪੋਤੇ ਰੰਮੀ ਰੰਧਾਵਾ ਜੀ ਅਤੇ ਪ੍ਰਿੰਸ ਰੰਧਾਵਾ ਜੀ ਜੋ ਸੰਗੀਤ ਦੀ ਦੁਨੀਆ ਵਿੱਚ ਥੋੜ੍ਹੇ ਸਮੇਂ ਵਿੱਚ ਉਹਨਾਂ ਨੇ ਵੀ ਆਪਣਾ ਬਹੁਤ ਵੱਡਾ ਨਾਮ ਨਾ ਖੱਟਿਆ ਹੈ ਦੁਨੀਆ 'ਤੇ ਉਹਨਾਂ ਲੋਕਾਂ ਦਾ ਨਾਮ ਹੁੰਦਾ ਹੈ ਜਾਂ ਤਾਂ ਜਿਨ੍ਹਾਂ ਦੀ ਰਸਮਾਂ ਤੋਂ ਚੰਗੇ ਬੋਲ ਨਿਕਲਦੇ ਕਿਸੇ ਨੂੰ ਠੰਡ ਪਾਉਣ ਬੋਲ ਉਹੀ ਹੈ ਉਹੀ ਬੋਲ ਕਿਸੇ ਦਾ ਨੁਕਸਾਨ ਕਰ ਦਿੰਦੇ ਨੇ ਉਹੀ ਬੋਲ ਕਿਸੇ ਦਾ ਹਿਰਦੇ ਨੂੰ ਠੰਡ ਪਾ ਦਿੰਦੇ ਇਸ ਰਸਨਾ ਦਿੱਤੀ ਹੈ ਜੇ ਆਵਾਜ਼ ਦਿੱਤੀ ਹੈ ਸਤਿਗੁਰਾਂ ਨੇ ਤਾਂ ਦਿੱਤੀ ਤਾਂ ਉਹਦੀ ਹੈ ਨਾ ਸਤਿਗੁਰ ਜੀ ਕਿਰਪਾ ਕਰਿਓ ਇਸ ਆਵਾਜ਼ ਦੇ ਨਾਲ ਅੱਬਲ ਅਤੇ ਤੇਰੇ ਗੁਣ ਗਾਵਾਂ ਜਿਸ ਤੋਂ ਬਾਅਦ ਕੁਝ ਗਾਵਾਂ ਅਤੇ ਸਮਾਜ ਦੇ ਭਲੇ ਲਈ ਗਾਵਾਂ ਇਹ ਸਰੀਰਾਂ ਮੇਰਿਆ ਇਸ ਜੱਗ ਮੇ ਆਏ ਕਹਿ ਕਿਆ ਤੁੱਤ ਕਰਮ ਕਮਾਇਆ ਪੁੱਛਿਆ ਜਾਣਾ ਹੈ ਉੱਥੇ ਥੋੜ੍ਹਾ ਪੁੱਛਿਆ ਜਾਣਾ ਵੀ ਤੇਰੀ ਯਾਦ ਕਿਹੜੀ ਸੀ ਤੇਰੇ ਕੋਲ ਧਨ ਕਿੰਨਾ ਕੁ ਸੀ ਤੇਰਾ ਦੁਨੀਆ 'ਤੇ ਨਾਮ ਕਿੰਨਾ ਕੁ ਸੀ ਅੱਗੇ ਜਾਤ ਨਾ ਜੋਰ ਹੈ ਅੱਗੇ ਜੀਓ ਅੱਗੇ ਤਾਂ ਪੁੱਛਿਆ ਜਾਣਾ ਵੀ ਤੇਰਾ ਸਿਮਰਨ ਬੰਦਗੀ ਕਿੰਨਾ ਕੁ ਤੂੰ ਦੁਨੀਆ ਲਈ ਕੀ ਕਰਕੇ ਆਇਆ ਤੈਨੂੰ ਭੇਜਿਆ ਕਿਸ ਕੰਮ ਲਈ ਸੀ ਸਤਿਗੁਰੂ ਜੀ ਮੈਂ ਤਾਂ ਉਹ ਵੀ ਨਹੀਂ ਕੀਤਾ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਤੂੰ ਤਾਂ ਮੈਨੂੰ ਦੁਨੀਆ 'ਤੇ ਬਣਾ ਕੇ ਭੇਜਿਆ ਮੈਂ ਤਾਂ ਤੈਨੂੰ ਵੀ ਯਾਦ ਨਹੀਂ ਜਿਹਨੇ ਬਣਾ ਕੇ ਭੇਜਿਆ ਸੀ ਉਹਨੂੰ ਵੀ ਭੁੱਲ ਗਏ ਹੋ ਲਾਸਟ ਵਿੱਚ ਅਖੀਰਲੀਆਂ ਪੰਕਤੀਆਂ ਸਤਿਗੁਰੂ ਜੀ ਕਹਿੰਦੇ ਗੁਰਪ੍ਰਸਾਦੀ ਹਰ ਮਨ ਵਸਿਆ ਇਹ ਤੇ ਗੁਰੂ ਦੀ ਕਿਰਪਾ ਹੋਵੇ ਬਖਸ਼ਿਸ਼ ਹੋਵੇ ਤੇ ਹਿਰਦੇ 'ਚ ਰੱਬ ਵੱਸਦਾ ਤੇ ਫਿਰ ਕੀ ਹੁੰਦਾ ਜੀ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਰ ਲਾਇਆ ਉਹ ਤੇ ਜਿਉਂਦੇ ਜੀ ਪ੍ਰਵਾਨ ਹੋ ਕੇ ਜਾਂਦੇ ਜਿਉਂਦੇ ਜੀ ਉਹ ਤੇ ਆਪਣੀ ਜਗ੍ਹਾ ਮਲ ਕੇ ਜਾਂਦੀ ਨਾ ਕਈਆਂ ਜਦੋਂ ਆਪਾਂ ਭੋਗ ਤੇ ਆਮ ਜਦੋਂ ਕਈ ਵਾਰ ਲਾਸਟ ਵਿੱਚ ਸ਼ਰਧਾਂਜਲੀਆਂ ਦਿੱਤੀਆਂ ਜਾਂਦੀਆਂ ਜਾਂ ਸਾਡੇ ਕੀਰਤਨੀਏ ਵੀ ਸ਼ਬਦ ਪੜ੍ਹਦੇ ਨੇ ਗੁਰਮੁਖ ਜਨਮ ਸਵਾਰ ਦਰਗੇ ਚੱਲੇ ਸੱਚੀ ਦਰਗੇ ਜਾਏ ਸੱਚਾ ਪਿੜ ਮਲੇ ਇਹ ਜਿਉਂਦੇ ਜੀ ਸੱਚਾ ਪਿੜ ਮਲ ਕੇ ਹੀ ਜਾਣਾ ਅੱਗੇ ਘਰ ਬਣਾ ਕੇ ਹੀ ਜਾਣਾ ਪਰ ਉੱਥੇ ਜਿਹੜਾ ਘਰ ਮਿਲਦਾ ਨਾ ਨਿੱਜ ਘਰ ਮਹਿਲ ਪਾਵੋ ਸੁੱਖ ਸਹਿਜੇ ਬੋਰ ਨਾ ਹੋਏ ਗੋ ਫੇਰਾ ਜਿਵੇਂ ਇੱਥੇ ਘਰ ਦੇ ਲਾਗੇ ਕੋਈ ਪਲਾਟ ਹੋਲਦਾ ਮਿਲਦਾ ਹੋਵੇ ਜ਼ਿਮੀਂਦਾਰਾਂ ਨੂੰ ਕਿੱਲਾ ਮਿਲਦਾ ਹੋਵੇ ਸਹੀ ਕਹਿੰਦੇ ਵੀ ਛੱਡਣਾ ਨਹੀਂ ਨਾਲ ਕਾਂ ਨੂੰ ਮੁੰਡੇ ਦੇ ਕੰਮ ਆ ਜਾਏਗਾ ਔਖੇ ਸੌਖੇ ਹੋ ਕੇ ਵੀ ਲੈਂਦੇ ਹਾਂ ਸਤਿਗੁਰਾਂ ਆਵਾਜ਼ ਮਾਰੀ ਉਹ ਕਹਿੰਦੇ ਗੱਲ ਸੁਣ ਇੱਥੇ ਤਾਂ ਕਸਰ ਨਹੀਂ ਛੱਡਦਾ ਤੂੰ ਲੈ ਲੈਂਦਾ ਜਿੱਥੇ ਪੱਕਾ ਜਾ ਕੇ ਰਹਿਣਾ ਕੋਈ ਪਲਾਟ ਪਲੂਟ ਬਾਰੇ ਸੋਚਿਆ ਕਹਿੰਦੇ ਸਤਿਗੁਰੂ ਜੀ ਉੱਥੇ ਵੀ ਪਲਾਟ ਮਿਲਦਾ ਕਹਿੰਦੇ ਉੱਥੇ ਹੀ ਦਸਵੀਂ ਮਿਲਦਾ
ਇਹ ਤੇ ਤੇਰੇ ਹੈ ਹੀ ਨਹੀਂ, ਇਹ ਤੇ ਤੈਨੂੰ ਮਿਲਣੇ ਹੀ ਨਹੀਂ। ਜਿੱਥੇ ਤੂੰ ਜਾਣਾ ਹੈ ਕਦੀ ਸੋਚਿਆ ਵੀ ਉੱਥੇ ਦੀ ਪਲਾਟ ਲੈ ਲਈਏ? ਸਤਿਗੁਰੂ ਜੀ ਬਥੇਰਾ ਧਨ ਇਕੱਠਾ ਕੀਤਾ, ਉੱਥੇ ਵੀ ਲੈ ਲਾਂਗੇ। ਸਤਿਗੁਰਾਂ ਨੇ ਸਾਫ਼ ਕਹਿਤਾ, ਕਹਿੰਦੇ ਉੱਥੇ ਆ ਹੋਏਗੋ ਫੇਰਾ, ਪੱਕਾ ਘਰ ਮਿਲ ਜਾਵੇਗਾ, ਆਉਣ ਜਾਣ ਦੇ ਚੱਕਰਾਂ ਤੋਂ ਮਿਟ ਜਾਵੇਗਾ। ਪਰ ਇਹ ਗੱਲ ਤਾਂ ਬਣੇਗੀ ਜਦੋਂ ਗੁਰੂ ਦੇ ਲੜ ਲੱਗਾਂਗੇ, ਜੋ ਗੁਰੂ ਨੇ ਸੰਦੇਸ਼ ਦਿੱਤਾ ਹੈ ਉਸ ਸੰਦੇਸ਼ 'ਤੇ ਚੱਲਦੇ ਹੋਏ ਸਮਾਜ ਪ੍ਰਤੀ, ਦੁਨੀਆ ਪ੍ਰਤੀ, ਲੋਕਾਂ ਦੇ ਭਲੇ ਪ੍ਰਤੀ ਅਸੀਂ ਕੁਝ ਕਾਰਜ ਕਰਾਂਗੇ। ਸੋ ਆਪ ਜੀ ਨੇ ਬੜੇ ਪ੍ਰੇਮ ਨਾਲ ਬੈਠ ਕੇ ਸਰਵਣ ਕੀਤਾ, ਬਹੁਤ ਧੰਨਵਾਦ ਸਾਰੇ ਪਰਿਵਾਰ ਦਾ, ਦੋਨਾਂ ਵੀਰਾਂ ਦਾ, ਰੰਮੀ ਰੰਧਾਵਾ ਜੀ ਅਤੇ ਪ੍ਰਿੰਸ ਰੰਧਾਵਾ ਜੀ, ਬਹੁਤ ਪਿਆਰ ਕਰਦੇ ਨੇ। ਗੁਰੂ ਨਾਲ ਪਿਆਰ ਹੋਵੇ ਤਾਂ ਫਿਰ ਕੀਰਤਨ ਕਰਨ ਵਾਲਿਆਂ ਨਾਲ ਵੀ ਪਿਆਰ ਜਾਗਦਾ, ਜਿਹਨੂੰ ਗੁਰੂ ਹੀ ਨਹੀਂ ਚੰਗਾ ਲੱਗਾ ਉਹਨੂੰ ਕੀਰਤਨ ਕਰਨ ਵਾਲੇ ਕਿੱਥੋਂ ਚੰਗੇ ਲੱਗਣ। ਬੜੇ ਪ੍ਰੇਮ ਨਾਲ ਭਾਈ ਸਾਹਿਬ ਜੀ ਆ ਕੇ ਸਾਡੀ ਦਾਦੀ ਦੀ ਯਾਦ ਵਿੱਚ ਸਾਨੂੰ ਕੀਰਤਨ ਸੁਣਾਉਂਦੇ। ਬੇਸ਼ੱਕ ਅੱਜ ਗੁਰਪੁਰਬ ਸੀ, ਬਹੁਤ ਰਜੇਵੇਂ ਸੀ, ਪਰ ਜਿੱਥੇ ਪ੍ਰੇਮ ਆ ਜਾਂਦਾ ਉੱਥੇ ਫਿਰ ਨੇਮ ਨਹੀਂ ਰਹਿੰਦਾ। ਇਹਨਾਂ ਦੇ ਪ੍ਰੇਮ ਦੇ ਵਿੱਚ, ਪਿਆਰ ਦੇ ਵਿੱਚ ਕੀਰਤਨ ਸੁਣਨਾ, ਭਾਈ ਸਾਹਿਬ ਤੁਸੀਂ ਸੁਣੋ ਸਿਰਫ ਉਹ ਪ੍ਰੇਮ ਦੇ ਵਿੱਚ। ਤੁਹਾਡੀਆਂ ਸੰਗਤਾਂ ਦੀ ਅਸੀਸ ਲਈ ਤੁਹਾਡੇ ਨਗਰ ਵਿੱਚ ਆਏ ਹਾਂ, ਆਪ ਜੀ ਨੂੰ ਕੀਰਤਨ ਸਰਵਣ ਕਰਾਇਆ, ਸਾਨੂੰ ਆਸ ਹੈ ਤੁਸੀਂ ਪ੍ਰਵਾਨ ਕਰੋਗੇ। ਔਰ ਅਰਦਾਸ ਕਰਕੇ ਜਾਣੀ ਮਾਤਾ ਜੀ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਬਖਸ਼ੇ ਔਰ ਆਪਣੇ ਚਰਨਾਂ ਕਮਲਾਂ ਵਿੱਚ ਤੁਰੰਤ ਅਰਦਾਸ ਕਰੋਗੇ। ਰਾਮਕਲੀ ਮਹੱਲਾ ਤੀਜਾ ਓਂਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰੂ ਤਾਂ ਪਾਇਆ ਸਹਿਜ ਸੇਤੀ ਮਨ ਵਜਿਆ ਵਧਾਈਆਂ ਰਾਗ ਤਨ ਪਰਵਾਰ ਕਰਿਆ ਸ਼ਬਦ ਗਾਵੜਿਆ ਸ਼ਬਦ ਤਾਂ ਗਾਵ ਵਰੀ ਕੇਰਾ ਮਨ ਜਨੀ ਵਸਾਇਆ ਗਿਆਨ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਬਰਨਾਲੀ ਆਦੋ ਤੂੰ ਮਨ ਮੇਰੇ ਦੁੱਖ ਸਭ ਸਾਰਣਾ ਕਾਰ ਕਰੇ ਤੇਰਾ ਸਾਥ ਸਭ ਸਵਾਰਣਾ ਸਭ ਨਾਗਲਾ ਸਭ ਰਤ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰੋ ਹਰਨਾਲੇ ਸਾਚੇ ਸਾਹਿਬਾ ਕਹਿ ਨਹੀਂ ਘਰ ਤੇਰੇ ਕਰਤਾ ਤੇਰੇ ਸਭ ਚੈ ਸਿੱਧੇ ਸੋ ਪਾਰੇ ਸਦਾ ਸੁਖ ਸਲਾ ਤੇਰੀ ਨਾਮ ਮਨ ਵਸਾਰ ਨਾਮ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਗੋਦ ਵਿੱਚ ਇਕੱਤਰ ਹੋਈ ਸਾਧ ਸੰਗਤ ਰਸਲਾਂ ਨੂੰ ਕਰੀਏ ਪਵਿੱਤਰ ਬੋਲਣਾ ਜੀ ਸਤਨਾਮ ਸ੍ਰੀ ਵਾਹਿਗੁਰੂ 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 ਸਾਹਿਬ ਜੀਓ ਮੈਂ ਤਾਣ ਦੀਵਾਨ ਤੂੰ ਹੈ ਮੇਰੇ ਸਵਾਮੀ ਮੈਂ ਤੁਧ ਆਗੇ ਅਰਦਾਸ ਮੈਂ ਹੋਰ ਥਾਉਂ ਨਹੀਂ ਜਿਸ ਪੈ ਕਰੋ ਬੇਨਤੀ ਮੇਰਾ ਦੁੱਖ ਸੁੱਖ ਤੁਝ ਹੀ ਪਾਸ ਅਰਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਵਤੀ ਜੀ ਸਹਾਏ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦੱਸੀ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਰੀ ਸਹਾਏ ਅਰਜਨ ਹਰਗੋਬਿੰਦਰੋਂ ਸਿਮਰੋਂ ਸਿਹਰ ਆਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਆ ਜਿਸ ਜੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਕਰਨਾਉਣ ਦਾਵੇ ਧਾਏ ਸਭ ਥੈ ਹੋਣਾ ਸਹਾਏ ਸਭ ਥੈ ਹੋਣਾ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥੈ ਹੋਣਾ ਸਹਾਏ ਦਸਾਂ ਪਾਤਸ਼ਾਹੀਆਂ ਦੇ ਆਦਿਕ ਜੋਤ ਗੱਦੀ ਤੇ ਬਿਰਾਜਮਾਨ ਜਾ ਰਹਾ ਹਜ਼ੂਰ ਸਰਬ ਕਲਾ ਭਰਪੂਰ ਕਲਯੁਗ ਕੇ ਬੋਇਤ ਤੁਰ ਕੇ ਬਾਣੀ ਆਈ ਤਿੰਨ ਸਗਲੀ ਜਿੰਦ ਮਿਟਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ ਦਰਸ਼ਨ ਧਾਰਿਆਂ ਦਾ ਧਿਆਨ ਧਰ ਕੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵਣ ਛਕਿਆ ਦਿਗ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਤਿੰਨਾਂ ਪਿਆਰਿਆਂ ਸਿਆਰਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਸਾਹਿਬ ਬੋਲੋ ਜੀ ਜਿੰਨਾਂ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਈ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦਾਂ ਸਿਵਲੇ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗਨ ਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਾਂ ਦਰਸ਼ਨ ਧਾਰਿਆਂ ਦਾ ਧਿਆਨ ਰੱਖੇ ਖਾਲਸਾ ਸਾਹਿਬ ਬੋਲੋ ਜੀ ਇੱਥੇ ਮੈਂ ਸਭੂ ਖਾਲਸਾ ਜੀ ਕੀ ਅਰਦਾਸ ਹੈ ਜੀ ਸਭੂ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਤੇਰਾ ਹੀ ਨਾਮ ਚਿੱਤੇ ਆਵੇ, ਚਿੱਤੇ ਆਵਣ ਕਰ ਸਕਦਾ ਸਭ ਸੁੱਖ ਹੋਵੇ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਹਾ, ਦੇਖਦੇ ਫਤਿਹ ਬਿਦ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ, ਗੁਰੂ ਖਾਲਸੇ ਜੀ ਕੇ ਬੋਲ ਬਾਲੇ, ਬੋਲੋ ਜੀ। ਆਪਦੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਉਤਸਾਹ ਦਾਨ, ਭਰੋਸਾ ਦਾਨ, ਦਾਨਾ ਸਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੰਗੇ, ਜੁਗ ਜੁਗ ਟਲ ਤਰਮਕਾ ਜੈਕਾਰ, ਬੋਲੋ ਜੀ। ਆਪਦੇ ਸਿੱਖਾਂ ਸੇਵਕਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਤ ਕਰ ਅੱਖ ਆਪ ਅਕਾਲ ਪੁਰਖ ਵਾਹਿਗੁਰੂ। ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਇਤਾ ਅਰਜੀਓ। ਗੁਰਦੁਆਰਾ ਨਨਕਾਣਾ ਸਾਹਿਬ ਅਤੇ ਪੰਜਾ ਸਾਹਿਬ ਹੋਰ ਗੁਰਧਾਮ ਜਿਨ੍ਹਾਂ ਤੋਂ ਆਪਦੇ ਪੰਥ ਨੂੰ ਵਿਛੋੜਿਆ ਗਿਆ ਹੈ, ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨਦਾਰ ਅਤੇ ਸੇਵਾ ਸੰਭਾਲ ਦਾ ਦਾਨ ਆਪਣੇ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਸਤਿਗੁਰੂ, ਨੇ ਤਾਣਿਆਂ ਦੇ ਤਾਣ ਸਤਿਗੁਰੂ, ਨੇ ਓਟਿਆਂ ਦੀ ਓਟ, ਨੇ ਆਸਰਿਆਂ ਦੇ ਆਸਰੇ, ਨੇ ਗੱਤਿਆਂ ਦੀ ਗੱਤ, ਨੇ ਪੱਤਿਆਂ ਦੀ ਪੱਤ, ਨੇ ਧਿਰਿਆਂ ਦੀ ਧਿਰ ਬਣਨ ਵਾਲੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਇਸ ਵੇਲੇ ਆਪਦੀ ਚਰਨਾ ਕਮਲਾ ਪਾਸ ਸਮੂਹ ਸਾਧ ਸੰਗਤ ਦੀ ਅਰਦਾਸ, ਬਿਨੈ ਬੇਨਤੀ, ਜੋਦੜੀ, ਪ੍ਰਾਰਥਨਾ ਮਨਜ਼ੂਰ ਕਰਨੀ। ਸੱਚੇ ਪਿਤਾ, ਆਪਦੇ ਹੁਕਮ ਅਨੁਸਾਰ ਰਾਣਾ ਰਾਓ ਨਾ ਕੋ ਰਹੇ, ਰੰਗ ਨਾ ਤੁੰਗ ਫਕੀਰ, ਵਾਰੀ ਆਪੋ ਆਪਣੀ ਕੋਈ ਨਾ ਬੰਦੇ, ਧੀਰ ਦੇ ਹੁਕਮ ਅਨੁਸਾਰ ਆਪਦੇ ਭੇਜੇ ਹੋਏ ਜੀਵ ਮਾਤਾ ਮਹਿੰਦਰ ਕੌਰ ਜੀ ਸੰਸਾਰ ਦੀ ਯਾਤਰਾ ਕਰਨ ਵਾਸਤੇ ਆਏ ਸਨ, ਆਪਦੀ ਲਿਖੀ ਹੋਈ ਆਰਜ਼ੂ ਭੋਗ ਕੇ ਆਪਦੇ ਸੱਦੇ ਨੂੰ ਪ੍ਰਵਾਨ ਕਰਦੇ ਹੋਏ ਪਰਿਵਾਰ ਅਤੇ ਸਾਕ ਸੰਬੰਧੀਆਂ ਸਦੀਵੀ ਵਿਛੋੜਾ ਦੇ ਕਿਸੇ ਲੋਕ ਵਿੱਚੋਂ ਪਰਲੋਕ ਗਮਨ ਕੀਤਾ। ਸੱਚੇ ਪਿਤਾ, ਪਿੱਛੋਂ ਪਰਿਵਾਰ ਨੇ ਗੁਰਮਾਸੇ ਆਪਦੀ ਬਾਣ ਦਾ ਉਲਟ ਆਸਰਾ ਤੱਕਦੇ ਹੋਇਆਂ ਆਪਣੇ ਗ੍ਰਹਿ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪ੍ਰੰਤ ਗੁਰਮਾਸੇ ਪਾਤਸ਼ਾਹ ਜੀ ਆਪ ਜੀ ਨੇ ਖੁੱਲ੍ਹੇ ਪੰਡਾਲਾਂ ਵਿੱਚ ਆਪ ਜੀ ਤਖ਼ਤ 'ਤੇ ਪ੍ਰਕਾਸ਼ਮਾਨ ਹੋ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦਾਲੇ ਦਿੱਤੇ ਹਨ ਅਤੇ ਭਾਈ ਅਮਰੀਕ ਸਿੰਘ ਦੇ ਜਥੇ ਪਾਸੋਂ ਕੀਰਤਨ ਹੋਏ ਹਨ, ਭਾਈ ਜੋਗਿੰਦਰ ਸਿੰਘ ਜੀ ਰਿਆੜ ਪਾਸੋਂ ਜਿਸ ਜਥੇ ਪਾਸੋਂ ਕੀਰਤਨ ਹੋਏ ਹਨ, ਗੁਰਮੈਂ ਕਥਾ ਵਿਚਾਰਾਂ ਹੋਈਆਂ। ਸੱਚੇ ਪਿਤਾ, ਕੀਰਤਨ ਦੀ ਹਾਜ਼ਰੀ ਭਰਦਿਆਂ ਜਥਿਆਂ ਪਾਸੋਂ ਹੋਈਆਂ ਅਨੰਤ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਲੈਣੀਆਂ, ਬਖਸ਼ੰਦ ਪਿਤਾ ਜਥਿਆਂ ਨੂੰ ਚੜ੍ਹਦੀ ਕਲਾ ਦਾ ਪੈਰਾ ਬਖਸ਼ਿਸ਼ ਕਰਨਾ, ਇਸੇ ਤਰ੍ਹਾਂ ਆਪ ਜੀ ਨੇ ਮਿਹਰ ਕਰਕੇ ਸੇਵਾ ਲੈਂਦੇ ਰਹਿਣਾ। ਸੱਚੇ ਪਿਤਾ ਦੀਨ ਦਿਆਲ ਅਕਾਲ ਪੁਰਖ। ਸੱਚੇ ਪਿਤਾ, ਕੀਰਤਨ ਉਪਰੰਤ ਪੰਚਾਂ ਬੈਕੜਾ ਪ੍ਰਸ਼ਾਦੀ ਸੱਜ ਕੇ ਹਾਜ਼ਰ ਹੈ ਜੀ, ਦਰ ਪੁਰਾਣ ਹੋਵੇ, ਦਰ ਪੁਰਾਣ ਹੋਇਆ ਪ੍ਰਸ਼ਾਦ ਸਤਿਸੰਗ ਅਤੁੱਟ ਹੋ ਕੇ ਵਰਤੇ, ਜੋ ਜੀ ਆਪ ਦਾ ਪ੍ਰਸ਼ਾਦ ਛਕਣ, ਆਪ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਪਣ। ਸੱਚੇ ਪਿਤਾ, ਮਾਤਾ ਮਹਿੰਦਰ ਕੌਰ ਪਾਸੋਂ ਸੰਸਾਰ ਵਿੱਚ ਵਿਚਰਦਿਆਂ, ਪਰਿਵਾਰ ਨਾਲ ਵਿਚਰਦਿਆਂ ਹੋਈਆਂ ਅਨੰਤ ਬੇਅੰਤ ਭੁੱਲਾਂ ਕਿਰਪਾ ਕਰਕੇ ਬਖਸ਼ ਲੈਣੀਆਂ, ਬਖਸ਼ੰਦ ਪਿਤਾ, ਆਪਦੇ ਹੁਕਮ ਅਨੁਸਾਰ ਲੇਖੇ ਕਤੇ ਨਾ ਛੂਟੀਏ, ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਹੁਕਮ ਅਨੁਸਾਰ ਟੇਢੀਆਂ ਜੂਨਾਂ ਤੋਂ ਬਚਾ ਕੇ, ਆਵਾਗੁਣ ਦੇ ਚੱਕਰ ਤੋਂ ਬਚਾ ਕੇ, ਇਸ ਦੀਵੀ ਕਾਲ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਸ਼ ਕਰਨਾ, ਪਿੱਛੇ ਪਰਿਵਾਰ ਅਤੇ ਸਾਕ ਸੰਬੰਧੀਆਂ ਨੂੰ ਭਾਣੇ ਵਿੱਚ ਰਹਿਣ ਦਾ ਬਲ ਬਖਸ਼ਣਾ, ਨਾਮ ਬਾਣੀ ਨਾਲ ਜੋੜ ਕੇ ਰੱਖਣਾ। ਸੱਚੇ ਪਿਤਾ ਦੀਨ ਦਿਆਲ, ਦਰ ਆਈਆਂ ਸੰਗਤਾਂ ਦੀਆਂ ਹਾਰੀਆਂ ਦਰ ਪ੍ਰਵਾਨ ਕਰੋ ਜੀ, ਤਿਲ ਫੁੱਲ ਭੇਟਾਵਾਂ ਸੇਵਾਵਾਂ ਪ੍ਰਵਾਨ ਕਰੋ, ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ, ਬਾਣੀ ਬਾਣੀ ਨਾਲ ਪਿਆਰ, ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਦਾਨ ਅਤੇ ਨਿਤਮ ਦੀਆਂ ਦਾਤਾਂ ਦੇ ਕੇ ਨਿਹਾਲ ਕਰਨਾ। ਸੱਚੇ ਪਿਤਾ, ਵਿਣਤ ਹੋਰ ਜੇ ਮੰਗਣਾ, ਸਿਰ ਦੁੱਖਾਂ ਕਹਿ ਦੁੱਖ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ, ਗੁਰਵੰਤਨ ਹਰਿਆ ਕੀਤਿਆ ਨਾਨਕਿਆ ਮਨੁੱਖ ਦੇ ਹੁਕਮ ਅਨੁਸਾਰ, ਜੋ ਵੀ ਸਵਾਸ ਆਵੇ ਆਪ ਜੀ ਦਾ ਹੀ ਨਾਮ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ। ਸੱਚੇ ਪਿਤਾ, ਇਸ ਵੇਲੇ ਆਪਣੀ ਬਾਣੀ ਦੇ ਅਟਲ ਹੁਕਮਨਾਮੇ ਬਖਸ਼ ਕੇ ਸਭ ਸੰਗਤ ਨੂੰ ਕਰਤਾਰਸ ਕਰੋ ਜੀ, ਸਹੀ ਪਿਆਰੇ ਮਿਲੋ ਜਿਹਨਾਂ ਬਣਿਆ ਸਵਾਸ ਸਵਾਸ ਆਪ ਜੀ ਦਾ ਹੀ ਨਾਮ ਚਿੱਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਸਤਨਾਮ ਸਹਿਜ ਸੁਭ ਦਰਸ਼ਨ ਪਰਸ ਗੁਰੂ ਕੈ, ਜਨਮ ਮਰਨ ਦੁਖ ਜਾਇ, ਹੋਵੈ ਸਿਫਤ ਖਸਮ ਦੀ, ਨੂਰ ਅਰਸੋਂ ਕੁਰਸੋਂ ਚਟੀਐ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ
ਸਜਣ ਸੱਚਾ ਪਾਤਸ਼ਾਹ ਸਿਰ ਸ਼ਾਂਦ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾ ਸਤਨਾਮ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹੱਲਾ ਚੌਥਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੈ ਬਿਨ ਨਾਮ ਹੋਏ ਖਪ ਖਪ ਮੋਏ ਕਰਾਂਝਾ ਜਿਨ ਹਰ ਹਿਰਦੇ ਨਾਮ ਨਾ ਬਸਿਓ ਤਿਨ ਮਾਤ ਕੀਜੈ ਹਰ ਬਾਂਝਾ ਤਿਨ ਸੁਣੀ ਦੇ ਫਿਰੇ ਬਿਨ ਨਾਮ ਹੋਏ ਖਪ ਖਾ ਮੋਏ ਕਰਾਂਝਾ ਮੇਰੇ ਮਨ ਜਪ ਰਾਮ ਨਾਮ ਹਰ ਮਾਜਾ ਹਰ ਹਰ ਕਿਰਪਾਲ ਕਿਰਪਾ ਪ੍ਰਭ ਧਾਰੀ ਗੁਰ ਗਿਆਨ ਦਿਓ ਮਨ ਸਮਝਾ ਰਹਾ ਹਰ ਕੀਰਤ ਕਲ ਯੁਗ ਪਦੀ ਉਤਮ ਹਰ ਪਾਈਏ ਸਤਿਗੁਰ ਮਾਜਾ ਹਉ ਬਲਹਾਰੀ ਸਤਿਗੁਰ ਆਪਣੇ ਜਿਨ ਗੁਪਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਵਡ ਭਾਗੀ ਸਭ ਕਿਲ ਵਿਖ ਗਏ ਗਵਾਜਾ ਸਤਿਗੁਰ ਸਭ ਪਾਇਆ ਵਡ ਦਾਨ ਹਰ ਕੀਏ ਬਹੁ ਗੁਣ ਸਾਂਝਾ ਜਿਨ ਕਾ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਜਿਨ ਕਉ ਕਿਰਪਾ ਕਰੀ ਜਗ ਜੀਵਨ ਹਰ ਉਰ ਧਾਰਿਓ ਮਨ ਮਾਜਾ ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਨੂੰ ਪਤਾ ਹੈ ਸਤਿਗੁਰਾਂ ਦੀ ਬਾਣੀ ਦਾ ਫਰਮਾਨ ਹੈ ਸਭਨਾ ਮਰਨਾ ਆਇਆ ਵਿਛੋੜਾ ਸਭਨਾ ਪੁੱਛੋ ਜਾਏ ਸਿਆਣੇ ਅੱਗੇ ਮਿਲਣ ਕੇ ਨਾ ਕਿ ਮਾਤਾ ਮਹਿੰਦਰ ਕੌਰ ਪਰਮਾਤਮਾ ਦੇ ਭੇਜੇ ਹੋਏ ਸੰਸਾਰ 'ਤੇ ਆਏ ਸਨ ਪਰਮਾਤਮਾ ਦੇ ਸੱਦੇ ਅਨੁਸਾਰ ਕਾਲ ਚਲਾਣਾ ਕਰ ਗਏ ਹਨ ਪਿੱਛੇ ਉਹਨਾਂ ਦੀ ਆਤਮ ਸ਼ਾਂਤੀ ਵਾਸਤੇ ਸਾਰਾ ਪਰਿਵਾਰ ਇਕੱਤਰ ਹੋ ਕੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮੁਬਾਰਕ ਚਰਨ ਪਵਾ ਕਰਕੇ ਜੋ ਸ੍ਰੀ ਖੰਡ ਪਾਠਰੰਭ ਹੋਏ ਭੋਗ ਤੋਂ ਉਪਰੰਤ ਸਤਿਗੁਰਾਂ ਦੀ ਪਾਵਨ ਹਜ਼ੂਰੀ ਅੰਦਰ ਅਲਾਹੀ ਬਾਣੀ ਦੇ ਕੀਰਤਨ ਹੋਏ ਹਨ ਸੰਗਤਾਂ ਨੇ ਹਾਜ਼ਰੀ ਭਰੀ ਹੈ। ਰੰਧਾਵਾ ਪਰਿਵਾਰ ਵੱਲੋਂ ਸੰਗਤਾਂ ਦਾ ਤਹਿ ਦਿਲ ਧੰਨਵਾਦ ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਅੰਤਮ ਅਰਦਾਸ ਵਿੱਚ ਸੰਗਤਾਂ ਸ਼ਾਮਿਲ ਹੋਈਆਂ ਹਨ। ਹੁਣ ਸਾਧ ਸਿੰਘ ਜਿੱਥੇ ਸਮਾਪਤੀ ਹੈ ਸਰਦਾਰ ਹਰਪ੍ਰਤਾਪ ਸਿੰਘ ਜਨਾਲਾ MLA ਸਾਹਿਬ ਉਹਨਾਂ ਦੇ ਬੇਟੇ ਕੰਵਰਪਾਲ ਸਿੰਘ ਜੀ ਪਹੁੰਚੇ ਹਨ ਜੋ ਮਾਤਾ ਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ। ਬੇਨਤੀ ਹੈ ਕਿ ਸਰਦਾਰ ਕੰਵਰਪਾਲ ਸਿੰਘ ਜੀ ਮਾਤਾ ਜੀ ਨੂੰ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਵਰਾਜੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਾਟੀ ਕਹੇ ਕੁਮਾਰ ਸੇ ਤੂੰ ਕਿਆ ਰੋਂਦੇ ਮੋਏ ਇੱਕ ਦਿਨ ਐਸਾ ਆਏਗਾ ਮੈਂ ਰੋਂਦੂੰਗੀ ਤੋਏ। ਮੌਤ ਇੱਕ ਟਲ ਸੱਚਾਈ ਮਰਨ ਲਿਖਾਏ ਮੰਡਲ ਮੈਂ ਆਏ ਗੁਰੂ ਮਹਾਰਾਜ ਦਾ ਫਰਮਾਨ ਗੁਰੂ ਮਹਾਰਾਜ ਦਾ ਹੁਕਮ ਕਿ ਜਿਸ ਵਿਅਕਤੀ ਨੇ ਜਨਮ ਲੈਣਾ ਹੈ ਉਹਨੇ ਆਪਣੀ ਲਿਖੀ ਹੋਈ ਆਯੂ ਭੋਗ ਕੇ ਚਲੇ ਜਾਣਾ ਹੈ। ਅੱਜ ਸਾਡੇ ਬਹੁਤ ਹੀ ਸਤਿਕਾਰਯੋਗ ਮਾਤਾ ਮਹਿੰਦਰ ਕੌਰ ਹੁਣਾਂ ਦੀ ਅੰਤਿਮ ਅਰਦਾਸ ਵਿੱਚ ਸਾਰੇ ਸ਼ਾਮਿਲ ਹੋਏ ਹਾਂ।
ਬਹੁਤ ਹੀ ਨੇਕ, ਬਹੁਤ ਹੀ ਚੰਗੇ ਇਨਸਾਨ, ਸਾਰੀ ਉਮਰ ਉਹਨਾਂ ਨੇ ਮਿਹਨਤ ਕਰਕੇ ਆਪਣੇ ਬੱਚਿਆਂ ਨੂੰ ਇੱਕ ਚੰਗੀ ਸੇਧ, ਇੱਕ ਚੰਗੀ ਪਰਵਰਿਸ਼ ਦਿੱਤੀ। ਪਰਿਵਾਰ ਦੀ ਗੱਲ ਕੀਤੀ ਜਾਏ, ਬਹੁਤ ਹੀ ਵਧੀਆ ਪਰਿਵਾਰ, ਚੰਗਾ ਪਰਿਵਾਰ, ਹਮੇਸ਼ਾ ਕੋਈ ਵੀ ਸਮਾਜਿਕ, ਪੋਲੀਟੀਕਲ, ਧਾਰਮਿਕ ਗੱਲ ਹੋਏ, ਹਮੇਸ਼ਾ ਹੀ ਵੱਧ ਚੜ੍ਹ ਕੇ ਉਹ ਹਿੱਸਾ ਪਾਉਂਦੇ ਨੇ। ਖਾਸ ਕਰ ਗੱਲ ਕਰਾਂਗਾ ਕੁਲਦੀਪ ਰੰਧਾਵਾ ਜੀ ਦੀ, ਜਿਨ੍ਹਾਂ ਦਾ ਬਹੁਤ ਜ਼ਿਆਦਾ ਪਿਆਰ ਮੇਰੇ ਫਾਦਰ ਸਾਹਿਬ ਸਰਦਾਰ ਹਰਪ੍ਰਤਾਪ ਸਿੰਘ ਹੋਣਾ ਨਾਲ ਹੈ। ਜਦੋਂ ਮਿਲਦੇ ਨੇ, ਬਹੁਤ ਹੀ ਨਿੱਘਾ ਸੁਭਾਅ ਇਹਨਾਂ ਦਾ, ਬਹੁਤ ਉੱਚਾ ਨਾਂ ਗਾਇਕੀ 'ਚ ਇਹਨਾਂ ਨੇ ਕੀਤਾ ਹੈ। ਇੱਕ ਸਮਾਜਿਕ ਦਾਇਰੇ 'ਚ ਰਹਿ ਕੇ ਇੰਨਾ ਉੱਚਾ ਨਾਂ ਮੇਰੇ ਹਿਸਾਬ ਨਾਲ ਘੱਟ ਹੀ ਜਿਹੜੇ ਆਰਟਿਸਟ ਨੇ ਜਿਹੜੇ ਕਰ ਸਕੇ ਨੇ। ਹੁਣ ਬਹੁਤ ਹੀ ਵਧੀਆ ਰਮੀ ਰੰਧਾਵਾ ਜੀ, ਪ੍ਰਿੰਸ ਰੰਧਾਵਾ ਜੀ ਨਾਲ, ਉਹ ਵੀ ਬਹੁਤ ਮਿਹਨਤ ਕਰਕੇ ਆਪਣਾ ਨਾਂ ਉੱਚਾ ਕਰਨ ਡੇ ਨੇ। ਸਾਨੂੰ ਮਾਣ ਹੁੰਦਾ ਹੈ ਕਿ ਆ ਸਾਡੇ ਇਲਾਕੇ ਦੇ ਨੌਜਵਾਨ ਵੀਰ ਨੇ। ਮਾਤਾ ਜੀ ਦੀ ਗੱਲ ਕਰਾਂਗਾ, ਕਹਿੰਦੇ ਨੇ ਮਾਤਾਵਾਂ, ਮਾਤਾ ਠੰਡੀ ਛਾਂ, ਮਦਰ ਇਜ਼ ਅ ਨਿਊਕਲੀਅਸ ਆਫ ਦਾ ਫੈਮਲੀ, ਕਿ ਸਭ ਨਾਲੋਂ ਜ਼ਰੂਰੀ ਵਿਅਕਤੀ ਇੱਕ ਪਰਿਵਾਰ ਵਿੱਚ ਉਹ ਮਾਤਾ ਹੁੰਦੀ ਹੈ। ਕਿਉਂ? ਕਿਉਂਕਿ ਉਹਨਾਂ ਨੂੰ ਪਤਾ ਹੁੰਦਾ ਹੈ ਜਿਹੜੇ ਪਰਿਵਾਰ ਦੇ ਜੀ ਨੇ ਉਹਨਾਂ ਨੂੰ ਇਕੱਠੇ ਹੋ ਕੇ ਕਿਸ ਢੰਗ ਨਾਲ ਗਾਂ ਲੈ ਕੇ ਜਾਣਾ ਹੈ, ਕਿਹੜਾ ਨਾਰਾਜ਼ ਹੈ ਉਹਨੂੰ ਕਿਸ ਢੰਗ ਨਾਲ ਮਨਾਉਣਾ ਹੈ, ਅਤੇ ਕਿਸ ਢੰਗ ਨਾਲ ਸਾਰੇ ਪਰਿਵਾਰ ਨੂੰ ਇਕੱਠਾ ਕਰਕੇ ਗਾਂ ਵਧਾਉਣਾ ਹੈ। ਸੋ ਇੱਥੇ ਪਰਿਵਾਰ ਨੂੰ ਮਾਤਾ ਜੀ ਦੇ ਜਾਣ ਦਾ ਬਹੁਤ ਵੱਡਾ ਘਾਟ ਮਹਿਸੂਸ ਹੋਣਾ ਹੈ। ਕਹਿੰਦੇ ਨੇ ਦੁੱਖ ਵੰਡਾਇਆ ਘਟਦਾ ਹੈ, ਖੁਸ਼ੀ ਵੰਡਾਏ ਵੱਧਦੀ ਹੈ, ਲੇਕਿਨ ਰੋਜ਼ ਸਵੇਰੇ ਜਦੋਂ ਇਸ ਪਰਿਵਾਰ ਨੇ ਉੱਠਣਾ ਹੈ, ਉਹਨਾਂ ਨੇ ਇਹਨਾਂ ਦਾ ਬਹੁਤ ਵੱਡਾ ਇਹਨਾਂ ਨੂੰ ਵਿਛੋੜਾ ਮਹਿਸੂਸ ਹੋਣਾ ਹੈ ਹਰ ਰੋਜ਼ ਸਵੇਰੇ। ਲੇਕਿਨ ਵਾਹਿਗੁਰੂ ਦੇ ਹੱਥ ਵੱਸ ਸਾਰੀ ਗੱਲ ਹੈ। ਸੋ ਇੱਥੇ MLA ਸਰਦਾਰ ਹਰਪ੍ਰਤਾਪ ਸਿੰਘ ਜੀ ਅਜਨਾਲਾ ਪਰਿਵਾਰ ਦੀ ਹਾਜ਼ਰੀ ਲਵਾਉਂਦਾ ਹੋਇਆ ਵਾਹਿਗੁਰੂ ਅੱਗੇ ਅਰਦਾਸ ਬੇਨਤੀ ਕਰਦਾ ਹਾਂ ਕਿ ਵਿਛੜੀ ਹੋਈ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਿਓ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। Yeah.
Satnam Vaheguru, Satnam Vaheguru, Satnam Vaheguru.